ऐ दिल ओदर ना कुछ हौसला कर, तू इकला नहीं होर भी बीमार ने लोखी। तेनू ता दो डंग दी रोटी मिलदी है, एथे भुखे सौंदे बेशुमार ने लोकी। संभल संभल के चल नवे राहां ते, लुटन वाले बड़े होशियार ने लोकी। जी हाँ, ये रचना है सरदार गुरमेज सिंह दी, जो मेरे नाल इस वक्त रूबरू ने। इस कविता का नाम है इकला। मैनू बड़ी खुशी हो रही है अज तुहाडे सारे नाल अपने डैड इन ला यानी कि मेरे सोहरा साहब ਅਤੇ ਪੰਜਾਬੀ ਸਾਹਿਤ ਦੇ ਇੱਕ ਮੰਨੇ ਪਰਮੰਨੇ ਉੱਘੇ ਸ਼ਖਸ ਜਿਨ੍ਹਾਂ ਨੇ ਕਿ ਕਈ ਰਚਨਾਵਾਂ ਆਪਣੀਆਂ ਲਿਖੀਆਂ ਨੇ, ਜਿਹਦੇ 'ਚ ਇੱਕ ਕਹਾਣੀ ਸੰਗ੍ਰਹਿ, ਤਿੰਨ ਨਾਵਲ। ਹਾਂਜੀ, ਇੱਕ ਕਹਾਣੀ ਸੰਗ੍ਰਹਿ ਯਾਦਾਂ ਦੀ ਮਹਿਕ, ਹਾਂਜੀ, ਅਤੇ ਤਿੰਨ ਨਾਵਲ ਜਿਹੜੇ ਕਿ ਅੱਜ ਕੱਲ੍ਹ ਦੇ ਕੰਟੈਂਪਰੇਰੀ ਸੋਸ਼ਲ ਇਸ਼ੂਜ਼ 'ਤੇ ਬਣਾਏ ਗਏ ਨਾਵਲ ਨੇ, ਜਿਨ੍ਹਾਂ ਤੋਂ ਜਿਨ੍ਹਾਂ ਨੂੰ ਪੜ੍ਹ ਕੇ ਉਮੀਦ ਹੈ ਕਿ ਲੋਕਾਂ ਨੂੰ ਇੱਕ ਸੇਧ ਮਿਲੇਗੀ, ਆਪਣੀ ਨਵੀਂ ਜਨਰੇਸ਼ਨ, ਮਿਡਲ ਜਨਰੇਸ਼ਨ, ਪੁਰਾਣੀ ਜਨਰੇਸ਼ਨ, ਸਾਰਿਆਂ ਦਾ ਮਨ ਮੋਹ ਲੈਣ ਵਾਲੇ ਇਹ ਇਹਨਾਂ ਦੀਆਂ ਰਚਨਾਵਾਂ ਬਹੁਤ ਹੀ ਲੋਕਪ੍ਰਿਯ ਨੇ। ਇਹਨਾਂ ਦੇ ਨਾਲ ਅਸੀਂ ਅੱਜ ਕੁਛ ਗੱਲਬਾਤ ਕਰਦੇ ਹਾਂ। ਸਰਦਾਰ ਗੁਰਮੇਜ ਸਿੰਘ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਥੋੜੀ ਬਹੁਤੀ ਤਾਂ ਮੈਂ ਤੁਹਾਡੇ ਬਾਰੇ ਜਾਣਕਾਰੀ ਜਿਹੜੀ ਕਿ ਰਿਸ਼ਤੇਦਾਰੀ ਦੇ ਤੌਰ 'ਤੇ ਮੈਨੂੰ ਹੈਗੀ ਆ, ਪਰ ਆਹ ਇੱਕ ਪੱਖ ਤੁਹਾਡਾ ਡਿਫਰੈਂਟ ਹੈ ਜਿਹਦੇ ਬਾਰੇ ਸ਼ਾਇਦ ਮੈਂ ਕਦੇ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਪਰ ਮੈਂ ਇਹ ਪੜ੍ਹਿਆ, ਬੜੀ ਖੁਸ਼ੀ ਹੋਈ ਗੁਰਮੇਜ ਸਾਹਿਬ ਕਿ ਤੁਸੀਂ ਸਕੂਲ ਕਾਲਜ ਦੇ ਜ਼ਮਾਨੇ ਤੋਂ ਹੀ ਸਾਹਿਤਕ ਰਚਨਾਵਾਂ ਵਿੱਚ ਰੁਚੀ ਰੱਖਦੇ ਰਹੇ ਹੋ। ਬੜਾ ਚੰਗਾ ਲੱਗਿਆ, ਮੈਂ ਇਹਨਾਂ ਦੀ ਸੋਚ ਤੋਂ ਹਮੇਸ਼ਾ ਹੀ ਪ੍ਰਭਾਵਿਤ ਰਿਹਾ ਜੀ। ਅਤੇ ਮੇਰੇ ਇਹ ਸਹੁਰਾ ਸਾਹਿਬ ਘੱਟ ਨੇ, ਮੇਰੇ ਇੱਕ ਦੋਸਤ, ਮੇਰੇ ਇੱਕ ਪੈਰੋਕਾਰ, ਮੇਰੇ ਇੱਕ ਗਾਈਡ, ਇਹ ਬਹੁਤ ਜ਼ਿਆਦਾ ਨੇ। ਮੈਂ ਖੁਸ਼ ਨਸੀਬ ਹਾਂ ਮੈਨੂੰ ਇਹਨਾਂ ਦੇ ਪਰਿਵਾਰ ਦੇ ਵਿੱਚ ਜਗ੍ਹਾ ਮਿਲੀ। ਅਤੇ ਇਹਨਾਂ ਤੋਂ ਪੁੱਛਣਾ ਚਾਹਾਂਗੇ ਕਿ ਤੁਸੀਂ ਤਾਂ ਪਹਿਲਾਂ ਜੀ ਆਪਣੇ ਬਾਰੇ ਥੋੜ੍ਹੀ ਹੋਰ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿਓ ਜੀ। ਹਾਂਜੀ ਦਵਿੰਦਰ ਜੀ, ਮੇਰਾ ਨਾਮ ਗੁਰਮੇਜ ਸਿੰਘ ਕੈਰੋਂ, ਐੱਮ ਏ ਬੀ ਐੱਡ ਹੈ। ਮੇਰਾ ਜਨਮ ਮਿਤੀ 7/2/1934 ਹੈ। ਮੈਨੂੰ ਬਚਪਨ ਤੋਂ ਹੀ ਕਵਿਤਾ ਗਾਉਣ ਦਾ ਜਾਂ ਬੋਲਣ ਦਾ ਸ਼ੌਂਕ ਸੀ ਅਤੇ 10ਵੀਂ ਤੋਂ ਬਾਅਦ ਨਿੱਕੀਆਂ ਮੋਟੀਆਂ ਰਚਨਾਵਾਂ ਕਵਿਤਾ ਦੀਆਂ ਲਿਖਦੇ ਰਹੇ, ਪਰ ਹੌਲੀ ਹੌਲੀ ਜਦੋਂ ਬੀ ਐੱਡ ਕੀਤੀ ਜਾਂ ਬੀ ਏ ਕੀਤੀ ਉਦੋਂ ਤੋਂ ਬਾਅਦ ਮੈਂ ਹੋਰ ਕਵਿਤਾਵਾਂ ਲਿਖੀਆਂ। ਇਸ ਤੋਂ ਬਾਅਦ ਬੜਾ ਲੰਮਾ ਸਮਾਂ ਜਿਹੜਾ ਵਾ ਉਹ ਸਾਹਿਤ ਨਾਲ ਜੁੜਿਆ ਨਾ ਰਹਿ ਸਕਣ ਕਰਕੇ ਮੈਂ ਕੋਈ ਵੀ ਨਾਵਲ ਕਹਾਣੀ ਨਹੀਂ ਲਿਖ ਸਕਿਆ ਸੀ। ਪਰ ਕੁਝ ਪਿਛਲੇ 2-3 ਸਾਲਾਂ ਤੋਂ ਮੈਂ ਹੇਠ ਉੱਤੇ ਹੀ 4 ਕਿਤਾਬਾਂ ਪੰਜਾਬੀ ਸਾਹਿਤ ਮਾਂ ਬੋਲੀ ਦੀ ਝੋਲੀ ਪਾਉਣ 'ਚ ਕਾਮਯਾਬ ਹੋਇਆ। ਪਹਿਲੀ ਮੇਰੀ ਕਿਤਾਬ ਸੀ ਕਹਾਣੀਆਂ ਦੀ, ਯਾਦਾਂ ਦੀ ਮਹਿਕ। ਇਸ ਵਿੱਚ 16 ਕਹਾਣੀਆਂ ਨੇ ਜਿਨ੍ਹਾਂ ਵਿੱਚ ਅੱਡ ਅੱਡ ਵਿਸ਼ਿਆਂ 'ਤੇ ਜਿਹੜਾ ਵਾ ਉਹ ਚਾਨਣਾ ਪਾਇਆ ਗਿਆ। ਵੈਰੀ ਨਾਈਸ ਜੀ। ਜੋ ਪਾਠਕ ਨੂੰ ਆਪਣੀ ਆਪਣੀ ਰੁਚੀ ਅਨੁਸਾਰ ਸ਼ਾਇਦ ਚੰਗਾ ਲੱਗੇ। ਦੂਸਰਾ ਨਾਵਲ ਜਿਹੜਾ ਮੈਂ ਲਿਖਿਆ ਉਹਦਾ ਨਾਂ ਸੀ, ਨਾਂ ਹੈ ਰੁੱਤਾਂ ਰੰਗ ਉਡਾਏ। ਇਹ ਉਸ ਵੇਲੇ ਦੀ ਕਹਾਣੀ ਲਿਖੀ ਆ ਜਦੋਂ ਸਰਕਾਰ ਚਾਹੁੰਦੀ ਸੀ ਕਿ ਜਾਤ ਪਾਤ ਦੇ ਵਤੀਰੇ ਨੂੰ ਛੱਡ ਕੇ ਅਸੀਂ ਸਾਰੇ ਇੱਕ ਸੋਸ਼ਲ ਜਮਾਤ ਵਾਂਗੂੰ ਵਤੀਰਾ ਕਰੀਏ। ਭਾਵ ਮੇਰਾ ਅੰਤਰਰਾਜੀ ਵਿਆਹ ਨੂੰ ਪ੍ਰਵਾਨਗੀ ਸਰਕਾਰ ਚਾਹੁੰਦੀ ਸੀ ਦਿੱਤੀ ਜਾਵੇ। ਮੈਂ ਤੁਹਾਨੂੰ ਗੁਰਮੇਜ ਜੀ ਇੱਥੇ ਥੋੜ੍ਹਾ ਰੋਕਣਾ ਚਾਹੂੰਗਾ, ਤੁਸੀਂ ਥੋੜ੍ਹਾ ਮੇਰੇ ਤੋਂ ਅੱਗੇ ਲੰਘ ਗਏ। ਮੇਰਾ ਅਗਲਾ ਕੁਐਸਚਨ ਇਹਦੇ ਬਾਰੇ ਸੀਗਾ ਕਿ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕਿਸ ਚੀਜ਼ ਨੇ ਪ੍ਰਭਾਵਿਤ ਕੀਤਾ, ਕਿ ਤੁਸੀਂ ਕਿਸ ਤਰ੍ਹਾਂ ਇਹ ਪੰਜਾਬੀ ਸਾਹਿਤਕ ਖੇਤਰ ਦੇ ਵਿੱਚ ਆਪਣਾ ਪੈਰ ਰੱਖਿਆ, ਕਿਹੜੀ ਚੀਜ਼ ਸੀ
ਜਿਹਨੇ ਕਿ ਤੁਹਾਨੂੰ ਇਹ ਪ੍ਰੇਰਿਤ ਕੀਤਾ ਕਿ ਮੈਂ ਸਾਹਿਤ ਬਾਰੇ ਰਚਨਾਵਾਂ ਲਿਖਣੀਆਂ। ਤੁਹਾਡੀ ਸ਼ਬਦਾਵਲੀ ਬਹੁਤ ਹੀ ਸੋਹਣੀ ਹੈ, ਬੜਾ ਮਿੱਠਾ ਤੁਸੀਂ ਲਿਖਿਆ, ਤੁਹਾਡੇ ਅੱਖਰ ਵੀ ਬੜੇ ਸੋਹਣੇ ਚੁਣੇ ਹੋਏ ਨੇ ਜਿਹੜੇ ਕਿਸੇ ਇਹਨਾਂ ਸਾਰੇ ਸੁਣਨ ਵਾਲਿਆਂ ਨਾਲ ਸ਼ੇਅਰ ਵੀ ਕਰਾਂਗੇ, ਪਰ ਉਹ ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਪ੍ਰਭਾਵਿਤ ਕੀਤਾ? ਤੁਹਾਡਾ ਪਿਛੋਕੜ, ਤੁਹਾਡੇ ਪਰਿਵਾਰ ਦਾ ਸੰਬੰਧ, ਯਾਰਾਂ ਦੋਸਤਾਂ ਦਾ ਕਨੈਕਸ਼ਨ ਕਿਸ ਤਰ੍ਹਾਂ ਸਾਨੂੰ, ਮੈਂ ਬੜਾ ਹੀ ਉਤਸੁਕ ਹਾਂ ਉਸ ਚੀਜ਼ ਨੂੰ ਜਾਣਨ ਵਾਸਤੇ। ਦਵਿੰਦਰ ਜੀ, ਇਸ ਬਾਰੇ ਇਹ ਗੱਲ ਆ ਕਿ ਜਿੱਥੋਂ ਤੱਕ ਮੇਰੀ ਪਰਿਵਾਰ ਦਾ ਸੰਬੰਧ ਆ, ਉਹ ਪਰਿਵਾਰ ਮੇਰਾ ਮੇਰੇ ਤੋਂ ਬਗੈਰ ਲਗਭਗ ਸਾਰਾ ਹੀ ਅਨਪੜ੍ਹ ਸੀ, ਹੁਣ ਵਾਲੇ ਬੱਚਿਆਂ ਨੂੰ ਛੱਡ ਕੇ। ਵੈਰੀ ਨਾਈਸ। ਪਰ ਮੇਰੀ ਬਚਪਨ ਤੋਂ ਹੀ, ਖਾਸ ਤੌਰ 'ਤੇ 10ਵੀਂ ਪਾਸ ਕਰਨ ਤੋਂ, 9ਵੀਂ ਪਾਸ ਕਰਨ ਤੋਂ ਬਾਅਦ, ਸ਼੍ਰੀ ਨਾਨਕ ਸਿੰਘ ਜੀ ਦੇ ਨਾਵਲ ਜਿੰਨੇ ਵੀ ਉਸ ਵੇਲੇ ਛਪੇ ਲਗਭਗ ਮੈਂ ਸਾਰੇ ਨਾਵਲ ਉਹ ਪੜ੍ਹੇ। ਦੂਜਾ ਮੇਰਾ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ ਸਿੱਧਾ ਭਾਵੇਂ ਸੰਪਰਕ ਨਹੀਂ ਰਿਹਾ, ਪਰ ਮੈਂ ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਕਿਤਾਬਾਂ ਬੜੀ ਦਿਲਚਸਪੀ ਨਾਲ ਪੜ੍ਹਦਾ ਰਿਹਾ। ਜਸਵੰਤ ਸਿੰਘ ਕੰਵਲ ਦੇ ਨਾਵਲ ਵੀ ਮੈਂ ਬਹੁਤ ਪੜ੍ਹੇ ਨੇ। ਇਸ ਕਰਕੇ ਮੇਰੇ ਮਨ 'ਚ ਸ਼ੁਰੂ ਤੋਂ ਹੀ ਸੀ ਕਿ ਮੈਨੂੰ ਵੀ ਕਿਤੇ ਕੋਈ ਪਰਮਾਤਮਾ ਤੌਫੀਕ ਦੇਵੇ ਅਤੇ ਮੈਂ ਪੰਜਾਬੀ ਸਾਹਿਤ ਬੋਲੀ ਦੀ ਝੋਲੀ ਵਿੱਚ, ਮਾਂ ਬੋਲੀ ਦੀ ਝੋਲੀ ਵਿੱਚ ਕੁਝ ਆਪਣੀਆਂ ਰਚਨਾਵਾਂ ਪਾ ਸਕਾਂ। ਬਹੁਤ ਵਧੀਆ ਜੀ। ਅਤੇ ਜਿਵੇਂ ਤੁਸੀਂ ਹੁਣ ਆਲਰੇਡੀ ਸ਼ੇਅਰ ਕਰਕੇ ਹਟੇ ਹੋ ਸਾਰੇ ਸੁਣਨ ਵਾਲਿਆਂ ਨਾਲ ਕਿ ਤੁਸੀਂ ਯਾਦਾਂ ਦੀ ਮਹਿਕ, ਜਿਹਦੇ 'ਚ ਕਿ 16 ਕਹਾਣੀਆਂ ਦਾ ਸੰਗ੍ਰਹਿ ਤੁਹਾਡਾ ਲਿਖਿਆ, ਫਿਰ ਤੁਸੀਂ ਰੁੱਤਾਂ ਰੰਗ ਵਟਾਏ ਜਿਹਦਾ ਸੋਸ਼ਲ ਥੀਮ ਤੁਸੀਂ ਦੱਸ ਰਹੇ ਸੀ, ਇੰਟਰਕਾਸਟ ਮੈਰਿਜ 'ਤੇ ਹੈ, ਇਸ ਤੋਂ ਇਲਾਵਾ ਤੁਹਾਡੀਆਂ ਹੋਰ ਕਿਹੜੀਆਂ ਕਿਹੜੀਆਂ ਰਚਨਾਵਾਂ? ਹਾਂਜੀ, ਮੈਂ ਹੁਣੇ ਹੀ ਦੱਸ ਕੇ ਹਟਿਆ ਤੁਹਾਨੂੰ ਕਿ ਇਹ ਜਿਹੜਾ ਰੁੱਤਾਂ ਰੰਗ ਵਟਾਏ ਨਾਵਲ ਦਾ ਨਾਂ ਰੱਖਿਆ ਗਿਆ ਇਸੇ ਵਾਸਤੇ ਵੀ ਉਹ ਇਸ ਨਾਵਲ ਦੇ ਵਿੱਚ ਕਾਲਜੀਏ 'ਚ ਮੁੰਡੇ ਕੁੜੇ ਜਿਨ੍ਹਾਂ ਦੀ ਆਵਾਜ਼ ਦੀ ਸਾਂਝ ਹੁੰਦੀ ਆ, ਉਹ ਅਖੀਰ 'ਚ ਅੱਡ ਅੱਡ ਜਾਤੀਆਂ ਦੇ ਹੋਣ ਦੇ ਬਾਵਜੂਦ ਵੀ ਆਵਾਜ਼ ਦੀ ਵਿਆਹ ਸ਼ਾਦੀ ਕਰ ਲੈਂਦੇ ਨੇ। ਬਾਕੀ ਇਸ ਨਾਵਲ ਦੇ ਵਿੱਚ ਇੱਕ ਬੰਨੇ ਇੱਕ ਸਮਗਲਰ ਹੁੰਦਾ ਜਿਹੜਾ ਪ੍ਰੇਮ ਸਿੰਘ ਉਹਦਾ ਨਾਮ ਆ, ਉਹ ਬੰਦਾ ਜਿਹੜਾ ਵਾ ਸਰਪੰਚ ਵੀ ਹੁੰਦਾ ਪਿੰਡ ਦਾ, ਅਤੇ ਉਹ ਜੋ ਵੀ ਸਮਗਲਰ ਦੇ ਹੋਣ ਦੇ ਨਾਲ ਨਾਲ ਕਈ ਤਰ੍ਹਾਂ ਦੀ ਗੁੰਡੇਗਰਦੀ ਕਰਕੇ ਪਿੰਡ ਦੇ ਵਿੱਚ ਆਪਣਾ ਰੋਹਬ ਜਮਾ ਕੇ ਰੱਖਦਾ ਪੁਲਿਸ ਵਾਲਿਆਂ ਨਾਲ ਮਿਲ ਕੇ, ਪਰ ਉਸਦੇ ਬਰਾਬਰ ਆ ਕੇ ਇੱਕ ਨਿਰਭੈ ਸਿੰਘ ਬੰਦਾ ਹੁੰਦਾ, ਉਹ ਸੋਸ਼ਲ ਵਰਕ ਹੁੰਦਾ ਕਿਸਮ ਦਾ, ਔਰ ਉਹ ਆਪਣੇ ਕਾਲਜੀਏਟ ਪੜ੍ਹਦੇ ਮੁੰਡਿਆਂ ਨਾਲ, ਕੁੜੀਆਂ ਨਾਲ ਜਾਂ ਪਿੰਡ ਦੇ ਹੋਰ ਚੰਗੇ ਘਰਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਵਿਰੁੱਧ ਸੰਘਰਸ਼ ਕਰਦਾ, ਅਤੇ ਅਖੀਰ ਨੂੰ ਉਹ ਜਿਹੜਾ ਵਾ ਉਹਨੂੰ ਪ੍ਰੇਮ ਸਿੰਘ ਸਮਗਲਰ ਨੂੰ ਹਰਾ ਕੇ ਅਤੇ ਪਿੰਡ ਦਾ ਸਰਪੰਚ ਬਣਨ ਵਿੱਚ ਸਫਲ ਹੁੰਦਾ, ਅਤੇ ਆਪਣੇ ਉਹਨਾਂ ਧੀਆਂ ਪੁੱਤਾਂ ਦੇ ਵਿਆਹ ਅੰਤਰਜਾਤੀ ਕਰਨ ਵਿੱਚ ਸਫਲ ਹੁੰਦਾ। ਬਹੁਤ ਵਧੀਆ। ਅਤੇ ਅਗਲੀ ਤੁਹਾਡੀ ਜਿਹੜੀ ਰਚਨਾ ਮੈਂ ਦੇਖ ਰਿਹਾ, ਮੇਰੇ ਕੋਲ ਤੁਹਾਡੀਆਂ ਸਾਰੀਆਂ ਕੁਛ ਕਿਤਾਬਾਂ ਪਈਆਂ, ਜਿਹੜੀ ਹੈਗੀ ਹੈ ਕਿ ਜੋਤ ਤੋਂ ਜੋਤ ਜਗੇ, ਇਹ ਤੁਹਾਡੀ ਕਿਹੜੇ ਸਾਲ 'ਚ ਪਬਲਿਸ਼ ਹੋਈ ਸੀ? ਇਹ 12 'ਚ ਹੋਈ ਸੀ। ਅੱਛਾ, ਇਹਦੇ 'ਚ ਆਪਾਂ ਕਿਹੜਾ ਸੋਸ਼ਲ ਥੀਮ ਲੈ ਕੇ ਚੱਲੇ? ਇਹ ਜਿਹੜਾ ਜੋਤ ਤੋਂ ਜੋਤ ਜਗੇ ਨਾਵਲ ਆ, ਇਸਦਾ ਨਾਂ ਅਸਲ 'ਚ ਮੈਂ ਪਹਿਲਾਂ ਰੱਖਣਾ ਚਾਹੁੰਦਾ ਸੀ ਪਾਰਸ ਅਤੇ ਲੋਹਾ, ਅਤੇ ਉਹ ਇਸ ਵਾਸਤੇ ਕਿ ਇਹਦਾ ਜਿਹੜਾ ਮੁੱਖ ਪਾਤਰ ਆ ਉਹ ਕਿਸਮ ਦਾ ਲੋਹਾ ਹੀ ਸਮਝੋ, ਅਤੇ ਉਹ ਇੱਕ ਜੋਤ ਕੁੜੀ ਹੁੰਦੀ ਆ, ਉਹਦੇ ਸੰਪਰਕ 'ਚ ਆ ਕੇ ਉਹ ਇੱਕ ਨਲਾਇਕ ਬੰਦੇ ਤੋਂ ਇੱਕ ਬਹੁਤ ਵਧੀਆ ਚੰਗਾ ਇਨਸਾਨ ਔਰ ਵਧੀਆ ਵਿਦਵਾਨ ਬਣਨ ਵਿੱਚ ਸਫਲ ਹੁੰਦਾ, ਅਤੇ ਇਸ ਕਰਕੇ ਇਹਦਾ ਨਾਮ ਮੈਂ ਫਿਰ ਬਦਲ ਕੇ ਜੋਤ ਤੋਂ ਜੋਤ ਜਗੇ, ਕਿਉਂਕਿ ਉਸ ਕੁੜੀ ਦਾ ਨਾਂ ਜੋਤ ਆ ਜਿਹ ਤੋਂ ਪ੍ਰਭਾਵਿਤ ਹੋ ਕੇ ਇਹ ਬਹੁਤ ਹੀ ਨਲਾਇਕ ਹੁੰਦਾ ਹੋਇਆ ਕਾਲਜੋਂ 3-4 ਸਾਲ ਕਾਲਜ ਲਾ ਕੇ ਸ਼ਰਾਬਾਂ ਸ਼ਰੂਬਾਂ ਪੀ ਕੇ ਸਾਰਾ ਪੈਸੇ ਬਰਬਾਦ ਕਰ ਜਾਂਦੇ ਕਰਕੇ ਘਰ ਆ ਜਾਂਦਾ। ਫਿਰ ਇੱਕ ਦਿਨ ਇਹ ਘਟਨਾ ਵਾਪਰਦੀ ਆ ਕਿ ਉਹ ਜਿਹੜੀ ਕੁੜੀ ਹੁੰਦੀ ਆ ਉਹਦੇ ਮਾਪੇ ਇਹਨਾਂ ਦੇ ਜ਼ਮੀਨ ਵਾਹੁੰਦੇ ਹੁੰਦੇ ਆ, ਉਹ ਜ਼ਮੀਨ ਵਾਹੁਣ ਦੇ ਨਾਤੇ ਇਹ ਜਿਵੇਂ ਆਮ ਪਿੰਡਾਂ 'ਚ ਹੁੰਦਾ ਵੀ ਚੌਧਰੀਆਂ ਦੇ ਮੁੰਡੇ ਜਿਹੜੇ ਉਹ ਸਮਝੇ ਅਸੀਂ ਜੋ ਮਰਜ਼ੀ ਕਰ ਲਈਏ ਕੋਈ ਗੱਲ ਨਹੀਂ, ਇਹ ਇਸ ਕੁੜੀ ਨੂੰ ਉਹ ਵਰਗਲਾਉਣ ਲਈ ਜਾਂ ਆਪਣੇ ਥੱਲੇ ਲਾਉਣ ਲਈ ਕਿਸੇ ਤਰ੍ਹਾਂ ਕੋਸ਼ਿਸ਼ ਕਰਦਾ, ਪਰ ਉਹ ਲੜਕੀ ਜਿਹੜੀ ਇੰਨੀ ਦਲੇਰ ਹੁੰਦੀ ਆ ਕਿ ਉਹਨੂੰ ਇਸ ਤਰ੍ਹਾਂ ਉਹ ਪ੍ਰਭਾਵ ਪਾਉਂਦੀ ਆ ਕਿ ਇਹ ਆਪਣੇ ਮਨ ਦਾ ਮਨਸਾ ਛੱਡ ਕੇ ਉੱਥੋਂ ਖੇਤਾਂ 'ਚੋਂ ਘਰ ਵਸ ਮੁੜ ਆਉਂਦਾ, ਫਿਰ 2-3 ਮਹੀਨੇ ਘਰੋਂ ਬਾਹਰ ਨਹੀਂ ਨਿਕਲਦਾ, ਇੰਨਾ ਜ਼ਿਆਦਾ ਉਦਾਸ ਹੋ ਜਾਂਦਾ ਅਤੇ ਮਾਪੇ ਸਾਰੇ ਦੂਜੇ ਤੀਜੇ ਬੜਾ ਨਿਰਾਸ਼ ਹੁੰਦੇ ਆ। ਇਸੇ ਤਰ੍ਹਾਂ ਫਿਰ ਇਸ ਨੂੰ ਇਹ ਮੰਤ ਬਣਾ ਲੈਂਦਾ ਵੀ ਨਹੀਂ ਮੈਂ ਹੁਣ ਕੁਝ ਬਣ ਕੇ ਵਿਖਾਉਣਾ। ਉੱਥੇ ਫਿਰ ਇਹਨਾਂ ਦੇ ਪਿੰਡ ਦਾ ਗੁਰਭਾਗ ਸਿੰਘ ਇੱਕ ਫੌਜੀ ਰਿਟਾਇਰ ਬੰਦਾ ਹੁੰਦਾ,
उसके संपर्क च आता वो फिर यदि सारी गल्लां बातां नूं पुछ के वह भी बड़ा प्रभावित हुंदा ते वह हिमाचल दे विच बड़ू यूनिवर्सिटी विच इहनूं दाखला दवा दिंदा नवा पढ़न वास्ते जिथे बड़ी मेहनत नाल करके उत्थे MBBS करता BSC करता MBC सॉरी BSC करके फस्ट डिवीजन सफल हुंदा फिर उत्थों होर ट्रेनिंग लैके BEd दी MEd दी लैके ट्रेनिंग ते उत्थे ही इहदा इक लड़की दे नाल प्यार हो जांदा ते ओह वी बड़ी लायक हुंदी दोवें जणे फस्ट सैकंड आउंदे आ आखरी इम्तिहान च ते उत्थे ही उत्थों दा प्रिंसीपल जिहड़ा बाबा हुंदा धार्मिक बंदा हुंदा ओह इहनां दीआं पढ़ाई तों खुश हो के अपनी यूनिवर्सिटी इहनां दोवां नूं जिहड़ा वा ओह नौकरी ते रख लैंदा। इस तों बाद उहनां दा जिहड़ा उस लड़की नाल विआह हो जांदा फिर इहनां दा पिंड पिछला वड्डी सरियाली हुंदा ਜਿੱਥੋਂ ਦੇ ਸੰਤ ਤਾਰਾ ਸਿੰਘ ਜੀ ਹੋਏ ਨੇ ਸਾਰੀ ਦੁਨੀਆ 'ਤੇ ਮਸ਼ਹੂਰ ਉਹਨਾਂ ਦਾ ਨਾਮ ਆ ਉਸ ਪਿੰਡ ਦਾ ਹੋਣ ਕਰਕੇ ਉਸ ਪਿੰਡ ਨੂੰ ਜਿਹੜਾ ਅਧਨਕਲੀਆਂ 'ਤੇ ਲਿਆ ਕੇ ਉਹਦਾ ਬੜਾ ਜਿਹੜਾ ਵਾ ਉਹ ਸੁਧਾਰ ਕਰਦੇ ਨੇ। ਬਹੁਤ ਵਧੀਆ। ਅਗਲੀ ਤੁਹਾਡੀ ਜਿਹੜੀ ਰਚਨਾ ਜਿਹੜੀ ਤੁਸੀਂ ਮੇਰਾ ਰਾਤੀ ਬੜੀ ਦੇਰ ਡਿਸਕਸ ਕਰਦੇ ਰਹੇ ਜਿਹੜੀ ਕਿ ਬੜੀ ਇੰਟਰਸਟਿੰਗ ਮੈਨੂੰ ਲੱਗੀ ਜਾ ਤੈਨੂੰ ਮੁਆਫ ਕੀਤਾ ਇਹ ਇਹਨਾਂ ਦੀ ਲੇਟੈਸਟ ਰਚਨਾ ਹੈ। ਬਹੁਤ ਹੀ ਵਧੀਆ ਸਮਾਜਿਕ ਵਿਸ਼ੇ 'ਤੇ ਬਣਾਇਆ ਗਿਆ ਇਹ ਨਾਵਲ ਹੈ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਕਿ ਕਈ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਸਹਾਈ ਹੋਵੇਗਾ। ਇਹਦੇ ਬਾਰੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਥੋੜ੍ਹਾ ਜਿਹਾ ਗਿਆਨ ਦਿਓ। ਦਵਿੰਦਰ ਜੀ ਇਹ ਕਿਤਾਬ ਇੱਕ ਆਮ ਰਵਾਇਤ ਨਾਲੋਂ ਉਲਟ ਵਿਸ਼ੇ ਨੂੰ ਲੈ ਕੇ ਮੈਂ ਲਿਖਣੀ ਸ਼ੁਰੂ ਕੀਤੀ। ਇਸ ਵਿੱਚ ਇਹ ਆ ਕਿ ਕੁਝ ਮਜਬੂਰੀਆਂ ਕਾਰਨ ਕਈ ਵਾਰ ਸਾਡੇ ਸਮਾਜ ਚੇਂਜ ਹੋ ਜਾਂਦਾ ਕਿ ਕਈ ਔਰਤਾਂ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਆਪਣੇ ਕਿਸੇ ਤਰ੍ਹਾਂ ਦੇ ਵੀ ਸੰਪਰਕ 'ਚ ਕੋਈ ਨੌਜਵਾਨ ਗੱਭਰੂ ਆ ਜਾਵੇ ਉਹਦੇ ਨਾਲ ਧੱਕਾ ਧੋੜਾ ਕਰ ਲੈਂਦੀਆਂ, ਪਰ ਉਸ ਬੰਦੇ ਦੇ ਇਹ ਸਭ ਜਿਹੜਾ ਨਾਇਕ ਆ ਉਹਦੇ ਨਾਲ ਵੀ ਉਹਦੀ ਚਾਚੀ ਨੇ ਜਿਹਦੇ ਔਲਾਦ ਨਹੀਂ ਹੁੰਦੀ ਇਹਦੇ ਨਾਲ ਗਲਤ ਸੰਬੰਧ ਬਣਾ ਕੇ ਇਹ ਕਿਸਮ ਦਾ ਇਹਦੇ ਉੱਤੇ ਬੜਾ ਉਸ ਚੀਜ਼ ਦਾ ਬੋਝ ਬਣਿਆ ਰਿਹਾ। ਸਾਰੀ ਜ਼ਿੰਦਗੀ ਇਹਨੇ ਇੰਨਾ ਮਹਿਸੂਸ ਕੀਤਾ ਕਿ ਮੇਰੇ ਨਾਲ ਜਿਹੜਾ ਇਹ ਧੱਕਾ ਹੋਇਆ। ਇਸ ਚੀਜ਼ ਨੂੰ ਲੈ ਕੇ ਥੀਮ ਨੂੰ ਫਿਰ ਅੱਡ ਅੱਡ ਪਾਤਰਾ ਇਹਦੇ ਵਿੱਚ ਆਏ ਨੇ ਜਿਹਦੇ ਵਿੱਚ ਦੋ ਕੁੜੀਆਂ ਕਾਲਜ ਪੜ੍ਹਦੀਆਂ ਹੁੰਦੀਆਂ ਉਹਨਾਂ ਦੀ ਇੱਕ ਮੈਡਮ ਆ ਜਿਹੜੀ ਭੂਪੀ ਮੈਡਮ ਉਹਨੂੰ ਕਹਿੰਦੇ ਆ ਭੁਪਿੰਦਰ ਉਹਦਾ ਨਾਮ ਹੁੰਦਾ ਪੂਰਾ। ਅੱਛਾ ਉਹ ਹਾਂਜੀ ਉਹ ਉਹਦੀ ਵੀ ਲਵ ਮੈਰਿਜ ਹੁੰਦੀ ਆ ਉਹਦੇ ਘਰ ਵਾਲਾ ਜਿਹੜਾ ਵਾ ਇਹਦੇ ਬੱਚਾ ਹੋਣ ਵਾਲਾ ਹੁੰਦਾ ਵਿਆਹ ਤੋਂ ਬਾਅਦ ਅਤੇ ਹਸਪਤਾਲ 'ਚ ਜਾਂਦੇ ਆ ਅਤੇ ਡਾਕਟਰ ਕਹਿੰਦੇ ਆ ਵੀ ਇਹਨਾਂ 'ਚੋਂ ਇੱਕ ਜਣਾ ਬਚ ਸਕਦਾ ਜਾਂ ਬੱਚਾ ਬਚ ਸਕਦਾ ਜਾਂ ਮਾਂ ਬਚ ਸਕਦੀ ਆ ਅਤੇ ਉਹਦੇ ਘਰ ਵਾਲਾ ਹੁੰਦਾ ਵੀ ਨਹੀਂ ਤੁਸੀਂ ਬੱਚੇ ਦੀ ਕੋਈ ਗੱਲ ਨਹੀਂ ਗਏ ਤੁਸੀਂ ਇਹਨੂੰ ਬਚਾਓ। ਇਹ ਬਚ ਜਾਂਦੀ ਆ ਪਰ ਉਹਦੇ ਘਰ ਵਾਲਾ ਜਿਹੜਾ ਹੁੰਦਾ ਉਹ ਮਾਪਿਆਂ ਦਾ ਇਕੱਲਾ ਪੁੱਤ ਹੁੰਦਾ ਉਹਨੂੰ ਮਜਬੂਰ ਕਰਦੇ ਆ ਕਿ ਤੂੰ ਨਵਾਂ ਵਿਆਹ ਕਰਾ। ਇਹ ਫਿਰ ਜਿਹੜਾ ਨਵਾਂ ਵਿਆਹ ਕਰਾ ਕੇ ਮਾਪਿਆਂ ਦੇ ਆਖੇ ਲਾ ਕੇ ਇਹ ਕਨੇਡਾ ਚਲੇ ਜਾਂਦਾ ਅਤੇ ਇਹਨੂੰ ਇਹ ਤੋਂ ਤਲਾਕ ਲੈ ਲੈਂਦਾ। ਹਾਂਜੀ ਇਹ ਤਲਾਕ ਲੈ ਕੇ ਬੜੀ ਮਯੂਸ ਹੁੰਦੀ ਆ। ਉੱਧਰ ਦੋ ਲੜਕੀਆਂ ਜਿਹੜੀਆਂ ਕਾਲਜ 'ਚ ਇਹਦੇ ਨਾਲ ਪੜ੍ਹਦੀਆਂ ਹੁੰਦੀਆਂ ਨੇ ਉਹ ਇੱਕ ਗੁਰਦੀਪ ਅਤੇ ਇੱਕ ਗੋਪੀ ਉਹਦਾ ਨਾਂ ਨੇ ਕੁੜੀਆਂ ਦੇ ਉਹ ਇਹਦੇ ਨਾਲ ਇੰਨਾ ਜ਼ਿਆਦਾ ਨੇੜੇ ਹੁੰਦੀਆਂ ਕਿ ਉਹ ਇਹਨੂੰ ਆਪਣੀ ਮਾਂ ਬਣਾ ਲੈਂਦੀਆਂ। ਹਾਂਜੀ ਇਹ ਫਿਰ ਉਸ ਬੰਨ ਜਦੋਂ ਇਹਦੇ ਘਰ ਵਾਲਾ ਛੱਡ ਜਾਂਦਾ ਫਿਰ ਇਹ ਕੁੜੀਆਂ ਜਦੋਂ ਕਾਲਜ 'ਚੋਂ ਪੜ੍ਹ ਕੇ ਹਟਦੀਆਂ ਫਿਰ ਉਹਨੂੰ ਆਪਣੇ ਘਰ ਲੈ ਜਾਂਦੀਆਂ। ਅੰਮ੍ਰਿਤਸਰ ਦੇ ਕੋਲ ਕੋਠੀ ਹੁੰਦੀ ਆ ਪਰ ਇਹ ਬਹੁਤ ਹੀ ਉਹਨਾਂ ਦੇ ਸੰਪਰਕ 'ਚ ਹੀ ਰਹਿੰਦੀ ਆ। ਇਸ ਤਰ੍ਹਾਂ ਇੱਥੇ ਇਹ ਸ਼ਬਦ ਕਰਨ ਦੀ ਕੀਤੀ ਵੀ ਜੇ ਇੱਕ ਸਹਾਰਾ ਟੁੱਟ ਜੇ ਤਾਂ ਨਾ ਕੋਈ ਸਹਾਰਾ ਬੰਦੇ ਨੂੰ ਜ਼ਰੂਰ ਮਿਲ ਜਾਂਦਾ। ਇਸ ਤੋਂ ਬਾਅਦ ਇਸ ਨਾਵਲ ਦੇ ਵਿੱਚ ਅਗਲੇ ਪਾਤਰ ਜਿਹੜੇ ਆਉਂਦੇ ਨੇ ਗੋਪੀ ਅਤੇ ਦੀਪ, ਦੂਜੇ ਬੰਨੇ ਦਵਿੰਦਰ ਅਤੇ ਜੱਗਾ। ਜੱਗਾ ਇਹਦਾ ਮੁੱਖ ਪਾਤਰ ਆ। ਇਹ ਦੋਵੇਂ ਦੋਸਤ ਹੁੰਦੇ ਆ ਅਤੇ ਇਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਦਿਖਾਇਆ ਗਿਆ ਕਿ ਸਾਨੂੰ ਆਪ ਵੀ ਜੀ ਰਾਤ ਅਤੇ ਪ੍ਰੇਮ ਨਾਲ ਰਹਿਣਾ ਚਾਹੀਦਾ ਜਿਸ ਦੇ ਨਾਲ ਜਿਹੜਾ ਵਾ ਉਹ ਬਹੁਤ ਚੰਗਾ ਜੀਵਨ ਲੰਘਦਾ। ਇਹ ਦੁੱਖ ਸੁੱਖ ਵੇਲੇ ਇੱਕ ਦੂਜੇ ਦੇ ਕੰਮ ਹੁੰਦੇ ਆ। ਜਿਹੜਾ ਅਸਲੀ ਗੱਲ ਇਹਦੇ ਵਿੱਚ ਵਿਖਾਈ ਗਈ ਆ ਉਹ ਮੈਂ ਬਾਅਦ 'ਚ ਦੱਸੂੰਗਾ। ਦੂਜਾ ਇਹਦੇ ਵਿੱਚ ਅਖੀਰ 'ਤੇ ਇਹ ਗੋਪੀ ਅਤੇ ਦੀਪ ਜਿਹੜੀ ਦੋਵੇਂ ਸਹੇਲੀਆਂ ਦੀਆਂ ਅਤੇ ਇਹਨਾਂ ਦੇ ਘਰ ਵਾਲੇ ਇਹਨਾਂ ਦੇ ਬੱਚੇ ਪੜ੍ਹ ਕੇ ਪ੍ਰਦੇਸ਼ ਚਲੇ ਜਾਂਦੇ ਆ ਅਤੇ ਇਹਨਾਂ ਨੇ ਇਹ ਦੱਸਿਆ ਵੀ ਅਸੀਂ ਆਪਣੇ ਪੈਰੀਂ ਆਪ ਹੀ ਕੁਹਾੜੀ ਮਾਰ ਕੇ
ਅਤੇ ਅਸੀਂ ਬੱਚੇ ਖੁਸ਼ੀ ਨੂੰ ਭੇਜੇ ਆ, ਪਰ ਅਸੀਂ ਹੁਣ ਘਰ ਇਕੱਲੇ ਉਦਾਸ ਰਹਿੰਦੇ ਹਾਂ। ਕੀ ਹੋਇਆ, ਕਦੇ ਚਿੱਠੀ ਆ ਗਿਆ, ਕਦੇ ਟੈਲੀਫੋਨ ਆ ਗਿਆ, ਪਰ ਜੋ ਬੱਚੇ ਕੋਲ ਹੁੰਦੇ ਆ ਤਾਂ ਬੱਚਿਆਂ ਮਾਪਿਆਂ ਨੂੰ ਸਕੂਨ ਹੁੰਦਾ, ਸੁੱਖ ਮਿਲਦਾ ਵਾ, ਉਹ ਬਾਹਰ ਗਏ ਬੱਚਿਆਂ ਤੋਂ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਜਿਹੜੀ ਅਗਲੀ ਗੱਲ ਆ ਕਿ ਜੱਗੇ ਦਾ ਚਾਚਾ ਜਿਹੜਾ ਵਾ, ਉਹਦੇ ਘਰ ਵਾਲੀ ਜਿਹੜੀ ਚਾਚੀ ਆ, ਉਹਦਾ ਜੀਵਨ ਬੜਾ ਨਿਰਾਸਾ ਭਰਿਆ ਵਾ। ਉਹਦੀ ਮਾਂ ਜਿਹੜੀ ਆ, ਉਹਦੇ ਘਰ ਵਾਲਾ ਇੱਕ ਲੜਾਈ 'ਚ ਕਤਲ ਹੋ ਜਾਂਦਾ, ਉਹਨੂੰ ਨਵੇਂ ਸਿਰੇ ਭਾ ਦਿੱਤਾ ਜਾਂਦਾ। ਉਹ ਨਵੇਂ ਵਾਲੇ ਜਿਹੜੇ ਆ, ਉਹ ਦੋ ਭਰਾ ਹੁੰਦੇ, ਉਹ ਬੜੇ ਉਹਨਾਂ ਦਾ ਕੰਮ ਹੀ ਹੁੰਦਾ ਕਿ ਜਨਾਨੀਆਂ ਲਿਆਉਣੀਆਂ ਵੇਚਣੀਆਂ। ਅਤੇ ਉੱਥੇ ਇਹਦਾ ਜਿਹੜਾ ਵਾ, ਇਸ ਲੜਕੀ ਜੱਗੇ ਦੀ ਚਾਚੀ ਦਾ ਜੀਵਨ ਜਿਹੜਾ ਵਾ, ਉਹ ਬਹੁਤ ਭੈੜੀਆਂ ਘਟਨਾਵਾਂ ਵਿੱਚ ਵਾਪਰਨ ਕਰਕੇ ਬਾਅਦ 'ਚ ਇਹ ਇਲਾਜ ਪੈਦਾ ਕਰਨ ਜੋਗੀ ਨਹੀਂ ਰਹਿ ਜਾਂਦੀ, ਜਿਸ ਕਰਕੇ ਜੱਗੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੀ ਇਲਾਜ ਲਈ। ਪਰ ਜੱਗੇ ਨੂੰ ਇਸ ਚੀਜ਼ ਦਾ ਇੰਨਾ ਧੱਕਾ ਲੱਗਦਾ ਕਿ ਅਖੀਰ 'ਤੇ ਜਦੋਂ ਚਾਚੀ ਬਿਲਕੁਲ ਬਿਮਾਰ ਹੋ ਜਾਂਦੀ ਆ, ਤਾਂ ਉਹ ਹੱਥ ਜੋੜ ਕੇ ਤਰਲੇ ਕਰਦੀ ਆ ਕਿ ਵੇ ਪੁੱਤ ਜੱਗਿਆ, ਮੈਨੂੰ ਮਾਫ਼ ਕਰ ਦੇ। ਉੱਥੇ ਫਿਰ ਜੱਗਾ ਜਿਹੜਾ ਉਹ ਕਹਿੰਦਾ ਵੀ ਮੈਂ, ਜੋਗਿੰਦਰ ਜੀ ਜੱਗਾ ਕਹਿੰਦਾ ਕਿ ਮੈਂ ਬੜੀ ਕੋਸ਼ਿਸ਼ ਕੀਤੀ, ਬਹੁਤ ਕੋਸ਼ਿਸ਼ ਕੀਤੀ, ਮੂੰਹੋਂ ਬੋਲਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮੈਂ ਇਹ ਕਹਿ ਦੇਵਾਂ ਵੀ ਜਾ ਚਾਚੀ ਤੈਨੂੰ ਮਾਫ਼ ਕੀਤਾ। ਪਰ ਅਫਸੋਸ ਦੀ ਗੱਲ ਹੈ ਕਿ ਉਹ ਮੇਰੇ ਸੋਚਦਿਆਂ ਸੋਚਦਿਆਂ ਦਮ ਤੋੜ ਗਈ, ਪਰ ਮੈਥੋਂ ਇਹ ਸ਼ਬਦ ਨਹੀਂ ਬੋਲਿਆ ਗਿਆ ਕਿ ਜਾ ਤੈਨੂੰ ਮਾਫ਼ ਕੀਤਾ। ਇਹਦੇ ਵਿੱਚ ਮਤਲਬ ਇਹ ਹੋਇਆ ਕਿ ਇਹ ਇੱਕ ਮੇਲ ਰੇਪ ਦਾ ਕੇਸ ਦਿਖਾਇਆ ਗਿਆ ਇੱਕ ਔਰਤ ਦੇ ਹੱਥੋਂ, ਪਰ ਉਹ ਮੇਲ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਉਹਨੂੰ ਆਪਣੇ ਆਪ ਬਾਰੇ ਇੰਨੀ ਆਤਮ ਗਲਾਨੀ ਭਰ ਗਈ ਕਿ ਉਹ ਅੱਖਰ ਕਹਿ ਹੀ ਨਹੀਂ ਸਕਿਆ ਉਹਨੂੰ, ਮੈਂ ਉਹਨੂੰ ਮਾਫ਼ ਕਰਨ ਦੇ ਬਾਵਜੂਦ। ਬੜੀ ਕੰਪਲੈਕਸ ਦੀ ਸੋਚ ਹੈ ਜੀ ਇਸ ਮੁੱਦੇ ਜੀ। ਜਿਹੜਾ ਬੱਚਾ ਜਿਹੜਾ ਨਾਇਕ ਦਿਖਾਇਆ ਨਾ ਜੱਗਾ, ਉਹ ਬੜਾ ਸੈਂਸਿਟਿਵ ਬੰਦਾ ਵਾ, ਉਹ ਨਿੱਕੀ ਨਿੱਕੀ ਗੱਲ ਨੂੰ ਬੜਾ ਮਹਿਸੂਸ ਕਰਦਾ। ਜੇ ਖੁਸ਼ੀ ਜਦੋਂ ਉਹਦੀ ਘਰ ਵਾਲੀ ਵੀ ਕਿਤੇ ਉਹਦੀ ਇੱਛਾਵਾਂ ਕਰਦੀ ਆ ਨਾ, ਤੇ ਉਦੋਂ ਵੀ ਉਹਦੀਆਂ ਗੱਲਾਂ ਨੂੰ ਉਹ ਬੜੀ ਗੰਭੀਰਤਾ ਨਾਲ ਲੈਂਦਾ। ਫਿਰ ਹੌਲੀ ਹੌਲੀ ਉਹ ਵੀ ਕੋਸ਼ਿਸ਼ ਇਹ ਕਰਦਾ ਵੀ ਮੈਂ ਵੀ ਆਪਣੀ ਘਰ ਅਰਦੀ, ਜੇ ਕੋਈ ਇਹ ਚੰਗਾ ਕੰਮ ਕਰਦੀ ਤੇ ਮੈਂ ਵੀ ਇਹਦੀ ਸਿਫਤ ਕਰਾਂ, ਇਹਦੇ ਗੁਣ ਗਾਵਾਂ। ਇਸ ਵਾਸਤੇ ਚਾਚੀ ਨੇ ਜਿਹੜਾ ਉਹਦੇ ਨਾਲ ਕੁਕਰਮ ਕੀਤਾ, ਉਹ ਜਿਉਂ ਹੀ ਉਹਨੇ ਜਵਾਨੀ ਸੰਭਾਲ ਲਈ ਜਾਂ ਜਦੋਂ ਦਾ ਉਹਦਾ ਵਿਆਹ ਸ਼ੁਰੂ ਹੋਇਆ, ਵਿਆਹ ਹੋ ਗਿਆ, ਉੱਥੋਂ ਬਾਅਦ ਉਹਦੇ ਮਨ 'ਚੋਂ ਉਹ ਇੱਕ ਕਿਸਮ ਦਾ ਜਿਹੜਾ ਧੱਕਾ ਹੋਇਆ ਸੀ ਉਹਦੇ ਨਾਲ, ਉਹ ਇੱਕ ਕਿਸਮ ਦਾ ਨਸੂਰ ਉਹਦੇ ਅੰਦਰ ਫੋੜਾ ਜਿਵੇਂ ਬਣ ਜਾਂਦਾ ਨਸੂਰ, ਉਹ ਇੱਕ ਕਿਸਮ ਦਾ ਉਹਦੇ ਅੰਦਰ ਜ਼ਖਮ ਹੋ ਗਿਆ ਸੀ, ਜਿਸ ਨੂੰ ਉਹ ਅਖੀਰ ਤੱਕ ਆਪਣੀ ਚਾਚੀ ਨੂੰ ਇਸ ਕਰਕੇ ਮਾਫ਼ ਨਹੀਂ ਕਰ ਸਕਿਆ। ਮੇਰਾ ਖਿਆਲ ਹੈ ਕਿ ਇਹਦੇ 'ਚ ਹੋਰ ਬੜੀਆਂ ਰੋਮਾਂਚਿਕ ਗੱਲਾਂ ਹੋਣਗੀਆਂ, ਜਿਸ ਤਰ੍ਹਾਂ ਕਿ ਉਹ ਜੱਗੇ ਨੇ ਆਪਣੀ ਪਤਨੀ ਨਾਲ ਇਹ ਸਾਰੀ ਗੱਲ ਸਾਂਝੀ ਕੀਤੀ ਜਾਂ ਨਹੀਂ ਕੀਤੀ, ਜਿਹੜੀਆਂ ਕਿ ਜੇ ਹੁਣ ਦੱਸ ਦਿੱਤੀਆਂ ਗਈਆਂ ਤਾਂ ਸ਼ਾਇਦ ਜੇ ਤੁਸੀਂ ਨਾਵਲ ਨੂੰ ਪੜ੍ਹਨਾ ਚਾਹੋ ਤਾਂ ਤੁਹਾਨੂੰ ਉਸ ਚੀਜ਼ ਦਾ ਇੰਨਾ ਆਨੰਦ ਨਾ ਆਵੇ। ਬੜਾ ਇੰਟਰਸਟਿੰਗ ਨਾਵਲ ਹੈ ਜੀ। ਮੇਲ ਰੇਪ ਬਾਰੇ ਅਸੀਂ ਕੈਨੇਡਾ ਦੇ ਵਿੱਚ ਅੱਜ ਕੱਲ੍ਹ ਗੱਲਾਂ ਕਰ ਰਹੇ ਹਾਂ, ਪਰ ਇਹ ਚੀਜ਼ ਦੇ ਉੱਤੇ, ਇਸ ਸਬਜੈਕਟ ਦੇ ਉੱਤੇ ਸਰਦਾਰ ਗੁਰਮੇਲ ਸਿੰਘ ਨੇ ਪਹਿਲਾਂ ਹੀ ਆਪਣੀ ਰਚਨਾ ਰਚ ਦਿੱਤੀ ਹੈ, ਜਿਹੜਾ ਕਿ ਬੜਾ ਹੀ ਕੰਪਲੈਕਸ ਵਿਸ਼ਾ, ਇੱਕ ਹਿਊਮਨ ਸਾਈਕੋਲੋਜੀ ਦੀ ਇੰਨੀ ਇੰਟਰੀਕੇਟ ਥਿੰਕਿੰਗ ਇਹਦੇ 'ਚ ਪੇਸ਼ ਕੀਤੀ ਗਈ ਹੈ, ਜਿਹੜੀ ਕਿ ਮੈਂ ਹੈਰਾਨ ਹਾਂ ਕਿ ਕਿੱਦਾਂ ਇੱਕ ਪੇਪਰ 'ਤੇ ਕੋਈ ਇਨਸਾਨ ਉਹਨੂੰ ਲਿਖਤ ਰੂਪ ਦੇ ਸਕਦਾ। ਬਹੁਤ ਵਧੀਆ ਤਰੀਕੇ ਨਾਲ ਇਹ ਅੱਖਰ ਬਣਾਏ ਗਏ ਹਨ। ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਸਰਦਾਰ ਸਾਹਿਬ, ਕਿ ਜਦੋਂ ਤੁਸੀਂ ਨਾਵਲ ਲਿਖਣ ਬਾਰੇ ਸੋਚਦੇ ਹੋ, ਇਹਦੇ 'ਚ ਕਿੰਨੇ ਹੀ ਪਾਤਰ ਜਿਹੜੇ ਆ ਵਿੱਚ ਤੁਸੀਂ ਇਹਦੇ 'ਚ ਕ੍ਰੀਏਟ ਕਰਨੇ ਆ, ਉਹ ਪਾਤਰ ਜਿਹੜੇ ਆ ਉਹ ਤੁਸੀਂ ਰੀਅਲ ਲਾਈਫ ਦੇ ਵਿੱਚ ਓਬਜ਼ਰਵ ਕਰਦੇ ਹੋ ਅਤੇ ਉਹਨਾਂ ਨੂੰ ਚਿਤਰਨ ਕਰਦੇ ਹੋ, ਕਿ ਇਹ ਪੂਰੀ ਤੁਹਾਡੇ ਮਨ ਦੀ ਇੱਕ ਆਪਣੀ ਰਚਨਾ ਹੁੰਦੀ ਹੈ? ਨਹੀਂ ਦਵਿੰਦਰ ਜੀ, ਅਸਲ ਜਿਹੜੀ ਰਚਨਾ ਹੁੰਦੀ ਨਾ, ਰਚਨਾ ਅਸਲ ਉਹ ਹੁੰਦੀ ਆ ਕਿ ਜਿਹਦੇ ਪਾਤਰ ਇਸ ਧਰਤੀ ਦੇ ਜੰਮੇ ਜਾਏ ਹੋਣ, ਇਸ ਧਰਤੀ 'ਤੇ ਰਹਿੰਦਿਆਂ ਆਵੇ ਦੀ ਹੱਸਦੇ, ਆਵੇ ਦੀ ਖੇਡਦੇ, ਆਵੇ ਦੀ ਲੜਦੇ, ਰੋਂਦੇ, ਗੱਲਾਂ ਬਾਤਾਂ ਕਰਦੇ, ਇੱਕ ਦੂਜੇ ਨੂੰ ਮਨਾਉਂਦੇ, ਹਾਂਜੀ ਇੱਕ ਦੂਜੇ ਦੇ ਅੱਥਰੂ ਪੂੰਝਦੇ, ਉਹ ਪਾਤਰ ਜਿਹੜੇ ਆ ਉਹ ਸਾਡੇ ਪਾਠਕਾਂ ਨੂੰ ਜਿਹੜੇ ਆ ਉਹ ਚੰਗੇ ਲੱਗਦੇ ਆ ਉਹਨਾਂ ਨੂੰ, ਕਿਉਂਕਿ ਉਹਨਾਂ ਨਾਲ ਆਪਣੇ ਆਪ ਵਾਪਰ ਜਾਂਦੀਆਂ। ਇਹ ਜਿਹੜੇ ਤਿੰਨੇ ਨਾਵਲ ਮੈਂ ਲਿਖੇ ਆ, ਤਿੰਨੇ ਨਾਵਲਾਂ ਦੇ ਲੋਕ ਬਿਲਕੁਲ ਸਾਡੀ ਧਰਤੀ ਨਾਲ, ਸਾਡੇ ਰਸਮੋ ਰਿਵਾਜ਼ਾਂ ਨਾਲ, ਸਾਡੇ ਖਾਣ ਪੀਣ ਨਾਲ, ਉੱਠਣ ਬੈਠਣ ਨਾਲ ਜੁੜੇ ਰਹਿੰਦੇ ਨੇ ਹਰ ਵੇਲੇ। ਕੋਈ ਵੀ ਪਾਤਰ ਤੁਹਾਨੂੰ ਐਵੇਂ ਨਹੀਂ ਜਾਪਦਾ ਕਿ ਜਿਵੇਂ ਆਕਾਸ਼ ਤੋਂ ਕੋਈ ਪਰੀ ਉਤਰੀ ਹੋਵੇ ਜਾਂ ਕੋਈ ਇਹੋ ਜਿਹਾ ਬੰਦਾ ਹੋਵੇ ਜਿਹਦਾ ਸਾਨੂੰ ਪਤਾ ਨਾ ਲੱਗੇ ਵੀ ਅਸੀਂ ਕਦੇ ਨਹੀਂ ਦੇਖਿਆ। ਇੱਥੇ ਜਿਹੜਾ ਵੀ ਪਾਤਰ ਆਉਂਦਾ, ਜਿਵੇਂ
ਰੁੱਤਾਂ ਰੰਗ ਮਿਟਾਇਆ ਦਾ ਜਿਹੜਾ ਸਰਪੰਚ ਆ ਜਿਹੜਾ ਉਹ ਬਿਲਕੁਲ ਉਹਨਾਂ ਸਮਗਲਰਾਂ ਵਰਗਾ ਜਦੋਂ ਸੋਨੇ ਦੀ ਸਮਗਲਿੰਗ ਹੁੰਦੀ ਤੇ ਇਨ ਬਿਨੀ ਬਾਰਡਰ ਤੋਂ ਸੋਨਾ ਲਿਆ ਕੇ ਲੋਕ ਵੇਚਦੇ ਹੁੰਦੇ ਸੀ ਗਾ ਹਾਂਜੀ ਉਦੋਂ ਇਹਨੂੰ ਰੈਣੀਆਂ ਕਹਿੰਦੇ ਸੀ ਇਸੇ ਤਰ੍ਹਾਂ ਅਗਲੇ ਨਾਵਲਾਂ ਦੇ ਵਿੱਚ ਵੀ ਜਿਹੜਾ ਆਪਣਾ ਜੋਤ ਤੋਂ ਜੋਤ ਹੈ ਉਹਦੇ 'ਚੋਂ ਜਿਹੜਾ ਬੰਦਾ ਹੁੰਦਾ ਉਹਦੇ 'ਚ ਇੱਕ ਇੱਕ ਗੱਲ ਜਿਹੜੀ ਉਹ ਮੈਂ ਦੱਸਣ ਵਾਲੀ ਰਹਿ ਗਿਆ ਉਹਦੇ 'ਚ ਇਹ ਗੱਲ ਦੱਸੀ ਆ ਕਿ ਉਹ ਜਿਹੜਾ ਸਰਪੰਚ ਹੁੰਦਾ ਵਾ ਜੋਤ ਤੋਂ ਜੋਤ ਜਾਵੇ ਸਰਿਆਲੀ ਪਿੰਡ ਦਾ ਉਹ ਬੰਦਾ ਜਿਹੜਾ ਵਾ ਬੜਾ ਖਾਣ ਪੀਣ ਵਾਲਾ ਖੁੱਲ੍ਹਾ ਖਰਚੇ ਵਾਲਾ ਬੰਦਾ ਵਾ ਕਾਲਜ ਵੀ ਜਾਦੂ ਹਟਿਆ ਉਹਦਾ ਮੁੰਡਾ ਵੀ ਕਾਲਜ ਲਾ ਆਇਆ ਪਰ ਉਹਦੇ ਵਿਆਹ ਤੋਂ ਬਾਅਦ ਚਾਰ ਸਾਲ ਸਰਪੰਚ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਕੋਈ ਇਲਾਜ ਨਹੀਂ ਹੁੰਦੀ ਹਾਂਜੀ ਉਹ ਬੜਾ ਮਯੂਸ ਹੁੰਦਾ ਇੱਕ ਦਿਨ ਉਹਦੀ ਮਾਂ ਉਹਨੂੰ ਸਮਝਾ ਕੇ ਕਹਿੰਦੀ ਆ ਵੀ ਤੂੰ ਕਰਦਾ ਕੀ ਰਹਿੰਦਾ ਸਾਰੀ ਦਿਹਾੜੀ ਜਿਹੜੇ ਕੰਮ ਵਾਲੇ ਤੂੰ ਸੋਚਣਾ ਸੀ ਜਿਹੜੇ ਕੰਮ ਬਾਰੇ ਤੂੰ ਵੇਖਣਾ ਸੀ ਉਹਦੇ ਤੂੰ ਧਿਆਨ ਨਹੀਂ ਕੀਤਾ ਸ਼ਰਾਬਾਂ ਪੀ ਲੈਣਾ ਢਾਣੀਆਂ 'ਚ ਬੈਠਾ ਰਹਿੰਦਾ ਉਹਨੂੰ ਉਹ ਮਾਂ ਦੀ ਗੱਲ ਬੜੀ ਚੁੱਭਦੀ ਆ ਵੀ ਇਹ ਗੱਲ ਬਾਕੀ ਮਾਂ ਨੇ ਠੀਕ ਕੀਤੀ ਆ ਵੀ ਮੈਂ ਤਾਂ ਇਸ ਬੰਦੇ ਧਿਆਨ ਹੀ ਨਹੀਂ ਦਿੱਤਾ ਉਹਨੂੰ ਸ਼ੀਸ਼ਾ ਦਿਖਾਇਆ ਗਿਆ ਹਾਂਜੀ ਉਹ ਫਿਰ ਉਹਦਾ ਇੱਕ ਡਾਕਟਰ ਯਾਰ ਹੁੰਦਾ ਉਹ ਡਾਕਟਰ ਕੋਲ ਜਾਂਦਾ ਉਹ ਉਹਦਾ ਚੈੱਕਅਪ ਕਰਦਾ ਸਾਰਾ ਪਰ ਉਹ ਡਾਕਟਰ ਉਹਦੇ ਘਰ ਵਾਲੀ ਨੂੰ ਵੀ ਸੱਦ ਲੈਂਦਾ ਉਹ ਡਾਕਟਰ ਨੂੰ ਦੱਸਦਾ ਨਹੀਂ ਵੀ ਤੇਰੇ 'ਚ ਕੋਈ ਨੁਕਸ ਆ ਆਮ ਤੌਰ 'ਤੇ ਆਪਾਂ ਵੇਖਿਆ ਕਿ ਬੰਦੇ ਬੱਚਾ ਨਾ ਪੈਦਾ ਹੋਵੇ ਤਾਂ ਜਨਾਨੀ ਨੂੰ ਕਸੂਰਵਾਰ ਸਮਝਿਆ ਜਾਂਦਾ ਅਸਲ ਇਹ ਨਹੀਂ ਹੈਗਾ ਇੱਥੇ ਇਹ ਦੱਸਿਆ ਗਿਆ ਕਿ ਉਸ ਡਾਕਟਰ ਨੇ ਉਹਦੇ ਵਿੱਚ ਜਿਹੜੇ ਆ ਉਹ ਬੱਚਾ ਪੈਦਾ ਕਰਨ ਵਾਲੇ ਜਿਹੜੇ ਆ ਉਹ ਕੀਟਾਣੂ ਨਹੀਂ ਸੀ ਹੈਗੇ ਜਾਂ ਆਪਾਂ ਸੈੱਲ ਕਹਿੰਦੇ ਜਿਹਨੂੰ ਨਹੀਂ ਸੀ ਹੈਗੇ ਉਸ ਡਾਕਟਰ ਨੇ ਉਹਦਾ ਇਲਾਜ ਕਰਕੇ 5-6 ਮਹੀਨੇ ਤਾਂ ਉਹਨੂੰ ਕਿਹਾ ਵੀ ਤੂੰ ਲੈ ਯਾਰਾ ਦੋਸਤ ਹੁੰਦੇ ਦੋਵੇਂ ਤੂੰ ਬੱਚਾ ਜਿਹੜਾ ਵਾ ਉਹ ਇਸੇ ਹਸਪਤਾਲ ਦੀ ਪੈਦਾਇਸ਼ ਕਰਾਈ ਅਤੇ ਜਿਵੇਂ ਯਾਰ ਮਿੱਤਰ ਕਹਿੰਦੇ ਆ ਵੀ ਖਾਣ ਪੀਣ ਦਾ ਵੀ ਧਿਆਨ ਰੱਖੀ ਪੂਰਾ ਅਤੇ ਉਹ ਫਿਰ ਡੇਢ ਕੁ ਸਾਲ ਬਾਅਦ ਉਹਨਾਂ ਦੇ ਬੱਚਾ ਹੋ ਜਾਂਦਾ ਉਸੇ ਹਸਪਤਾਲ 'ਚ ਅਤੇ ਉਹ ਜਦੋਂ ਸੁਣਦੇ ਆ ਅਤੇ ਅਮੀਰ ਲੋਕ ਸੀਗੇ ਉਹਨਾਂ ਨੇ ਡਾਕਟਰ ਦਾ ਘਰ ਹੀ ਭਰਦਾ ਤੋਹਫਿਆਂ ਨਾਲ ਹਾਂਜੀ ਇਸ ਵਾਸਤੇ ਇਹ ਚੀਜ਼ ਜਿਹੜੀ ਆ ਇਹ ਇੱਕ ਧਰਤੀ ਨਾਲ ਜੁੜੀ ਹੋਈ ਗੱਲ ਆ ਇਸੇ ਤਰ੍ਹਾਂ ਹੀ ਜਿਹੜਾ ਅਗਲਾ ਨਾਵਲ ਆ ਆਪਣਾ ਜਾਂ ਤੈਨੂੰ ਮਾਫ਼ ਕੀਤਾ ਇਹਦੇ ਸਾਰੇ ਪਾਤਰੀ ਜਿਹੜੇ ਆ ਉਹ ਧਰਤੀ ਨਾਲ ਜੁੜੇ ਹੋਏ ਆ ਮੁੰਡੇ ਕੁੜੀਆਂ ਸਾਰੇ ਚੁਗਿਰਦੇ ਦੇ ਵਿੱਚ ਹੀ ਘੁੰਮ ਰਹੇ ਸਾਰੇ ਜਾਣੇ ਹਾਂ ਜਿਵੇਂ ਇਸ ਨਾਵਲ ਦੇ ਸ਼ੁਰੂ ਤੋਂ ਹੀ ਜਦੋਂ ਸ਼ੁਰੂ ਹੁੰਦਾ ਇਹਦੇ ਹੁੰਦਾ ਪਾਣੀ ਵਾਰ ਬੰਨੇ ਦੀ ਮਾਏ ਨਹੀਂ ਬੰਨਾ ਤੇਰਾ ਬਾਹਰ ਖੜਾ ਹੁਣ ਇਹ ਆਪਣਾ ਜਦੋਂ ਵੀ ਆ ਆਪਣਾ ਕਰਕੇ ਆਉਂਦੇ ਆ ਮਾਵਾਂ ਪਾਣੀ ਵਾਰ ਕੇ ਪੀਂਦੀਆਂ ਖੁਸ਼ੀ ਮਨਾਉਂਦੀਆਂ ਇਸ ਮੌਕੇ ਬੱਚੇ ਹੱਸਦੇ ਖੇਡਦੇ ਖੁਸ਼ੀਆਂ ਕਰਦੇ ਇਸ ਤਰ੍ਹਾਂ ਦੇ ਸਾਰਾ ਆਪਣੀ ਧਰਤੀ ਦੇ ਆਪਣੇ ਲੋਕਾਂ ਦੇ ਸਮਾਜ ਨਾਲ ਜੁੜੇ ਹੋਏ ਨਾਵਲ ਨੇ ਕੋਈ ਵੀ ਤੁਹਾਨੂੰ ਇਹਦੇ ਵਿੱਚ ਪੜ੍ਹ ਕੇ ਕੋਈ ਅਜਿਹੀ ਕਥਾ ਨਹੀਂ ਜਾਪੂਗੀ ਵੀ ਜਿਹੜੀ ਪਤਾ ਨਹੀਂ ਕਿਤੇ ਪਰਲੋਕ 'ਤੇ ਵਾਪਰੀ ਹੋਵੇ ਅਤੇ ਇਸ ਧਰਤੀ 'ਤੇ ਨਾਵਲ ਜਿਹੜੀ ਅਸੰਭਵ ਤਰੀਕੇ ਨਾਲ ਹੋਵੇ ਹਾਂਜੀ ਮਾਸਟਰ ਜੀ ਗੱਲ ਇੱਦਾਂ ਕਿ ਤੁਸੀਂ ਪਾਤਰਾਂ ਦੀ ਗੱਲ ਕੀਤੀ ਕਿ ਆਪਣੇ ਚੁਗਿਰਦੇ 'ਚ ਤੁਰੇ ਫਿਰਦੇ ਆ ਹੁਣ ਸਾਡਾ ਜਿਹੜਾ ਦਿਮਾਗ ਆ ਉਹ ਆਪਣੇ ਤਰੀਕੇ ਨਾਲ ਸੋਚਣ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਸ਼ਖਸ ਜਿਹੜਾ ਇੱਕ ਇੰਡੀਵਿਜੁਅਲ ਆ ਉਹਦੀ ਆਪਣੀ ਹੀ ਸ਼ਖਸੀਅਤ ਆ ਪਰ ਜਦੋਂ ਨਾਵਲ ਲਿਖਿਆ ਜਾਂਦਾ ਉਦੋਂ ਇੱਕ ਰਾਈਟਰ ਜਿਹੜਾ ਉਹ ਕਈ ਸ਼ਖਸੀਅਤਾਂ ਬਾਰੇ ਇਕੱਲਾ ਬੈਠਾ ਸੋਚਦਾ ਉਹਨੇ ਆਪਣੇ ਆਪ ਨੂੰ ਉਸ ਨਾਵਲ ਦੇ ਪਲਾਟ 'ਚੋਂ ਬਾਹਰ ਕੱਢ ਕੇ ਕਿਸੇ ਦੂਜੇ ਬੰਦੇ ਦੀ ਸੋਚ ਨਾਲ ਸੋਚਣਾ ਤੀਜੇ ਬੰਦੇ ਦੀ ਸੋਚ ਨਾਲ ਸੋਚਣਾ ਵਿਲਨ ਨੂੰ ਵਿਲਨ ਦੇ ਤੌਰ 'ਤੇ ਸੋਚਣਾ ਚੋਰ ਨੂੰ ਚੋਰ ਦੇ ਤੌਰ 'ਤੇ ਸੋਚਣਾ ਇੱਕ ਜਨਾਨੀ ਦੇ ਤੌਰ 'ਤੇ ਸੋਚਣਾ ਮਤਲਬ ਇੰਨੀ ਜ਼ਿਆਦਾ ਜਿਹੜੀ ਸੋਚ ਆ ਇਹ ਤੁਸੀਂ ਕਿੱਦਾਂ ਇਹਨੂੰ ਮੈਨੇਜ ਕਰ ਲੈਂਦੇ ਵੇਖੋ ਦਵਿੰਦਰ ਜੀ ਜਿਹੜੀ ਕਵਿਤਾ ਅਸੀਂ ਰਚਦੇ ਹਾਂ ਨਾ ਨਹੀਂ ਨਾਵਲ ਦੀ ਗੱਲ ਕਵਿਤਾ ਸਾਡੀ ਹੁੰਦੀ ਆ ਵੀ ਅਸੀਂ ਕਿਤੇ ਵੀ ਤੁਰੇ ਜਾਈਏ ਸਾਨੂੰ ਕੋਈ ਚੀਜ਼ ਚੰਗੀ ਲੱਗ ਜਾਏ ਜਾਂ ਬੁਰੀ ਲੱਗ ਜਾਏ ਅਸੀਂ ਉਹਦੇ ਬਾਰੇ ਫੜ ਸਾਡੇ ਦਿਮਾਗ 'ਚ ਸ਼ਬਦਾਵਲੀ ਆ ਜਾਂਦੀ ਆ ਅਤੇ ਅਸੀਂ ਉਹ ਉੱਥੇ ਬੈਠੇ ਵੀ ਲਿਖ ਸਕਦੇ ਹਾਂ ਕਵਿਤਾ ਲੇਕਿਨ ਜਿਹੜੀ ਨਾਵਲ ਅਸੀਂ ਲਿਖਣਾ ਹੁੰਦਾ ਨਾ ਉਹ ਸਾਨੂੰ ਬੜੀ ਪਲੈਨਿੰਗ ਨਾਲ ਬੜਾ ਸੋਚ ਕੇ ਫਿਰ ਖਾਸ ਤੌਰ 'ਤੇ ਜਦੋਂ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ ਨਾ ਫਿਰ ਸਾਡੇ ਦਿਮਾਗ 'ਚ ਆਪਣੇ ਆਪ ਹੀ ਜਿਹੜੀਆਂ ਲੜੀਆਂ ਤੋੜੀਆਂ ਸ਼ੁਰੂ ਹੋ ਜਾਂਦੀਆਂ ਵੀ ਇਸ ਪਾਤਰ ਤੋਂ ਬਾਅਦ ਕਿਹੜਾ ਪਾਤਰ ਜੋੜਨਾ ਇਹਨੂੰ ਕਹਾਣੀ ਨੂੰ ਰੋਚ ਐਸ ਕਾਂਡ 'ਚ ਆਹ ਚੀਜ਼ ਨਹੀਂ ਦੇਣੀ ਇਹ ਪਾਤਰ ਸੋਚਦਾ ਰਹੇ ਪੜ੍ਹਨ ਵਾਲਾ ਪਾਠਕ ਵੀ ਅੱਗੇ ਕੀ ਹੋਇਆ ਉਹਨੂੰ ਫਿਰ ਦੂਜੇ ਤੀਜੇ ਕਾਂਡ 'ਚ ਜਾ ਕੇ ਉਹ ਚੀਜ਼ ਨੂੰ ਦੁਬਾਰਾ ਲਿਆਉਣਾ
जे किसी समगलर की गल करनी है तो वो बारे पूरी जानकारी लैनी है, भावें अपने पिंड चो ले जाए भावें बहरों किसी पिंड चो पुछ के ले जाए। जे आप किसी सरपंच की गल करनी वो कारोबार चंगा सरपंच की करता माड़ा की करता, इस तरह जनानियों के पात्र जोड़े लगते हैं उन्होंने बारे भी सारा कुछ पुछ पड़ताल भी करी दी और अपने दिमाग नाल भी सोच के हर पात्र नाल इंसाफ करने की कोशिश करी दी। चोर आ तो चोर की उस तरह के ही शकल भाव पा किया जाता वा जिस तरह के करते हैं लोग, जिमें इस नावल में ही आ जरा मगरला नावल आ मगर बलेखिया जिहड़ा वा वह बहुत फी वेचदा। हाँ जी हाई लैवल ते कतारां लगियां रहिंदियां बड़ा टौर हुंदा उहदा ते लेकिन वह करख ते इन्ना वा भी शराब कढ़न वास्ते बंदे बुंदे रखे हुंदे आ वह किसी नूं अपने कामिआं नूं कुट कुट कुटन कटन लगा अग्गा पिछा नहीं वेंदा। तो इसे गल्लों ही दुखी हो के वो कोई जिन्हों के बंदे एक दो मुंडे उन्होंने घर से लगे होंगे सी इस गल तो उन्होंने एक दिन कुट देंदे आ कुटद वह मर जाता मर जाता। तो जो सतारवीं हो रही होंगी दविंदर जी तो उत्थे बड़े ढोल ढमाके तो वन सवाने खाने पक रहे होंगे बहुत कुछ हो रहा। तो उत्थे एक कामरेड जाता वा भिंदर भिंदर वह नाम आ कामरेड का, वो उत्थे जाके भोग जो पैर के हटदा वा तो वह कहिंदा जी मैं भी कुछ आना भी कहते जी दसो मैं ना भी मर्ग का समागम कि विह का समागम। वो एक उत्थे एक बुढ़ी आँदी वे कामरेडा बह जा चुप करके है वह आंदा माता मैं बह तो जाना ही हाँ पर फिर भी मैं पूछदा वहां भी इतने बंदा मरिया कि मुंडा जमया। इस वास्ते यहोजी गल् जो ये चानना पाया गया कि सानू फजूल खर्ची जी जिथे खर्च करना हो करना चाहिए जिथे फजूल खर्ची विखावे की खातर नहीं काम करना चाहिए। बहुत वधिया गल है जी पर जिहड़ा जिहड़ी मैनू चीज बड़ी अजीब लगती है बंदा बंदे दे तौर ते तां सोच सकदा पर बंदा एक जनानी दे तौर ते सोचदा तुहानूं कदे किसे जनानी ने इह तां नहीं आख्या कि तू साडे बारे गलत तरीके नाल किरदार रचिया है इन्ने तां लड़ाकियां सी नहीं हुंदियां नहीं दुनिया जी। देखो मैं तुहानूं हुणे दस के हटिया कि जो असीं नावल लिखते हैं ना जिहड़े पात्र नूं असीं फड़दे हां जिहड़ा रोल उहनूं असीं देना हुंदा ना असीं इन बिन साडे दिमाग च उस वेले इह चीज़ बैठी शायद मैं आप ही हाँ खुद मैनू जे मैं बंदा नहीं जनानी हुंदा तां मैनूं किहड़ा काम करना चाहीदा सीगा जो जिहड़ा मेरे किरदार नूं भावे जो मैनूं कोई माड़ा ना आखे चंगा ना आखे जिथे उहदा लड़ाका सुभाअ दिखाउणा वा पैर पैर ते नुक्ताचीनी जो जनानियां दी आदत करनी है उहदे अनुसार ही जिहड़ा उह सानूं रचना दे विच शब्दावली लिआउणी पैंदी आ। बहुत वधिया जी। ते मास्टर जी इहदे च सब तों ज़्यादा नावल लिखण सब तों ज़्यादा मुश्किल काम तुहानूं किहड़ा लगदा तुहानूं नावल दा सरनामा बनाउण नूं औखा लगदा या उहदा ਉਹਦੀ ਪਲੈਨਿੰਗ ਕਰਨ ਨੂੰ ਔਖਾ ਲੱਗਦਾ ਕਿ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਚੈਲੇਂਜਿੰਗ ਲੱਗਦੀ ਹੈ ਜੋ ਅਸੀਂ ਇੱਕ ਰਚਨਾ ਸ਼ੁਰੂ ਕਰ। ਰਵਿੰਦਰ ਜੀ ਇੱਥੇ ਗੱਲ ਇਹ ਆ ਕਿ ਮੈਨੂੰ ਕਿਸੇ ਦਾ ਤਾਂ ਪਤਾ ਨਹੀਂ। ਹਾਂਜੀ ਹਰ ਬੰਦੇ ਨੂੰ ਆਪਣਾ ਪਤਾ ਹੁੰਦਾ ਕਿ ਕੋਈ ਰਚਨਾ ਕਿਵੇਂ ਕਰਦਾ ਕਿਵੇਂ ਇਹ ਕਰਦਾ, ਪਰ ਮੇਰੀ ਇਹ ਆ ਕਿ ਮੈਂ ਜਦੋਂ ਨਾਵਲ ਕੋਈ ਲਿਖਣ ਬਹਿ ਜਾਣਾ ਫਿਰ ਮੈਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਧਰੋਂ ਪਾਤਰ ਆਉਂਦੇ ਨੇ ਕਿਧਰੋਂ ਉਹਨਾਂ ਦਾ ਜੀਵਨ ਬਾਰੇ ਵਾਕਫੀਤ ਹੁੰਦੀ ਆ ਜਾਂ ਮੈਨੂੰ ਉਹ ਪਾਤਰ ਕਿਵੇਂ ਸੋਚ ਜਾਂਦੇ ਵੀ ਆਹ ਪਾਤਰ ਇੱਥੇ ਲਿਆਉਣਾ, ਜਿਵੇਂ ਉਹ ਭੂਪੀ ਕੁੜੀ ਜਿਹੜੀ ਇੱਥੇ ਲੈਕਚਰਾਰ ਲੱਗੀ ਹੁੰਦੀ ਆ ਹੁਣ ਉਹਦਾ ਮੇਰੇ ਘਰ ਨਾਵਲ ਲਿਖਣ ਲੱਗਿਆ ਮੈਨੂੰ ਚੇਤਾ ਵੀ ਨਹੀਂ ਵੀ ਕਹਿੰਦੇ ਉਹਦਾ ਵੀ ਵਿਚਾਰੀ ਨੂੰ ਵਿਆਹ ਵੀ ਪਿਆਰ ਵੀ ਹੋਇਆ ਹੁੰਦਾ ਫਿਰ ਉਹਦਾ ਇਹੋ ਜਿਹਾ ਜੀਵਨ ਪੇਸ਼ ਕਰਨਾ। ਇਸ ਤਰ੍ਹਾਂ ਜਦੋਂ ਅਸੀਂ ਲਿਖਦੇ ਹਾਂ ਆਪਣੇ ਆਪ ਵੀ ਕਈ ਘਟਨਾਵਾਂ ਸਾਡੇ ਦਿਮਾਗ 'ਚ ਆ ਜਾਂਦੀਆਂ ਨੇ ਜਿਵੇਂ ਆਮ ਹੀ ਆਪਾਂ ਨੂੰ ਪਤਾ ਵੀ ਆਪਾਂ ਸੋਚਦੇ ਹੀ ਰਹਿੰਦੇ ਹਾਂ। ਇੱਕ ਇਹ ਗੱਲ ਜ਼ਰੂਰ ਆ ਕਿ ਜਦੋਂ ਨਾਵਲ ਕੋਈ ਲਿਖਣਾ ਹੋਵੇ ਨਾ ਫਿਰ ਘੱਟ ਤੋਂ ਘੱਟ ਮਹੀਨਾ ਦੋ ਮਹੀਨੇ ਦਿਮਾਗ ਉਸੇ ਬੰਨੇ ਘੁੰਮਦਾ ਰਹਿੰਦਾ। ਅੱਛਾ ਹਾਂ ਫਿਰ ਉਹਦੇ ਘੁੰਮਣ ਦੇ ਵਿੱਚ ਹੀ ਜਿਹੜਾ ਉਹ ਆਪਣੇ ਸਮਾਜ 'ਚੋਂ ਕਈ ਪਾਤਰ ਮਿਲ ਜਾਂਦੇ ਆ ਕਈ ਆਪਣੇ ਸੋਚ 'ਚੋਂ ਨਿਕਲ ਆਉਂਦੇ ਆ ਲੇਕਿਨ ਉਹ ਸੋਚ ਦਾ ਪਾਤਰ ਵੀ ਜਿਹੜਾ ਉਹ ਹੀ ਲਿਖਤ 'ਚ ਲਿਆਈਦਾ ਵਾ ਜਿਹੜਾ ਆਮ ਧਰਤੀ 'ਤੇ ਵੀ ਮਿਲਦਾ ਹੋਵੇ। ਤਾਂ ਮੈਂ ਜੇ ਇਹ ਕਹਾਂ ਕਿ ਜਦੋਂ ਤੁਸੀਂ ਨਾਵਲ ਲਿਖਦੇ ਹੋ ਤੁਹਾਡੀਆਂ ਅੱਖਾਂ ਅੱਗੇ ਇੱਕ ਮਤਲਬ ਰੀਲ ਚੱਲੀ ਜਾਂਦੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਉਸ ਵੇਲੇ, ਪਰ ਤੁਸੀਂ ਉਹਨੂੰ ਆਪਣੀ ਕਲਮ ਬੰਦ ਕਰੀ ਜਾਂਦੇ ਨਾਲ ਦੀ ਨਾਲ
ਤੇ ਉਹ ਇੱਕ ਚੈਪਟਰ ਤੁਹਾਡਾ ਜਿਹੜਾ ਉਹ ਤੁਹਾਨੂੰ ਆਪਣੇ ਆਪ ਇੱਕ ਕਿਸਮ ਦਾ ਫਿਊਚਰ ਦੇਖਣਾ ਜਾਂ ਕੋਈ ਚੀਜ਼ ਦੇਖਣੀ ਜਿਹਨੂੰ ਕਹਿੰਦੇ ਆ ਕਿ ਇਹਨੂੰ ਵਿਜ਼ਨ ਆ ਜਾਂਦੇ ਆ, ਚੀਜ਼ਾਂ ਦਿਖ ਜਾਂਦੀਆਂ, ਫਿਰ ਇਸ ਤਰ੍ਹਾਂ ਕੁਛ ਤੁਹਾਡਾ ਤਜਰਬਾ ਹੁੰਦਾ ਹੋਏਗਾ? ਹਾਂਜੀ, ਇਹ ਤਾਂ ਨੈਚੁਰਲੀ ਆ, ਕੋਈ ਵੀ ਬੰਦਾ ਜੇ ਨਾਵਲ ਜਾਂ ਕਹਾਣੀ ਲਿਖੂਗਾ, ਖਾਸ ਤੌਰ 'ਤੇ ਨਾਵਲ ਜਿਹਦੇ ਕੋਲ ਮਤਲਬ ਕਿਸਮ ਦਾ ਜਿਵੇਂ ਪੈਲੀ ਜਿਹੜੀ ਆ ਉਹ ਵੱਢ ਕੇ ਉਹਦੀਆਂ ਢੇਰੀਆਂ ਲਾ ਦਈਏ ਅਤੇ ਉਹਨੂੰ ਮੁੜ ਕੇ ਇਕੱਠੀਆਂ ਕਰਨਾ ਹੁੰਦਾ ਨਾ ਇੱਕ ਥਾਂ, ਇਸ ਤਰ੍ਹਾਂ ਹੀ ਇਹ ਨਾਵਲ ਦਾ ਵਾ ਕਿ ਇਹਦੇ ਜੇ ਪਾਤਰਾਂ ਦਾ ਪਹਿਲਾਂ ਖਲਾਰਾ ਪੈ ਜਾਂਦਾ, ਫਿਰ ਉਹਨਾਂ ਨੂੰ ਇਸ ਤਰ੍ਹਾਂ ਇਕੱਠੇ ਕਰਨਾ ਵਾ ਵੀ ਉਹ ਇੱਕ ਕਹਾਣੀ ਬਣ ਜਾਣ, ਸਾਰੇ ਪਾਤਰ ਉਹਨਾਂ ਦੇ ਉੱਤੇ ਇੱਕ ਕਹਾਣੀ ਬਣ ਜਾਵੇ ਅਤੇ ਉਹ ਨਾਵਲ ਪੂਰਾ ਹੋ ਜਾਂਦਾ। ਜਦੋਂ ਵੀ ਅਸੀਂ ਕਿਸੇ ਕਾਲਜ ਦੇ ਪ੍ਰੋਫੈਸਰ ਦਾ ਜਾਂ ਕਿਸੇ ਪਿੰਡ ਦੇ ਬੰਦੇ ਦਾ ਲੈਂਦਾ, ਉਦੋਂ ਫਿਰ ਸਾਨੂੰ ਇਨ ਬਿਨ ਆਪਣੇ ਦਿਮਾਗ ਦੇ ਵਿੱਚ ਉਹੋ ਹੀ ਗੱਲਾਂ ਲਿਆਉਣੀਆਂ ਪੈਂਦੀਆਂ ਕਿ ਇਹ ਬੰਦਾ ਇੱਦਾਂ ਹੀ ਕਰਦਾ ਵਾ, ਇਹਨੂੰ ਇੱਦਾਂ ਕਰਨਾ ਚਾਹੀਦਾ ਵਾ, ਇਹਦਾ ਆਹ ਵਾ, ਇਨ ਬਿਨ ਉਹ ਸਾਰੀ ਉਹੋ ਜਿਹੀ ਸ਼ਬਦਾਵਲੀ ਵੀ ਸੋਚਣੀ ਪੈਂਦੀ, ਭਾਵੇਂ ਕਿਤੇ ਘੰਟਾ ਲੱਗ ਜਾਵੇ, ਭਾਵੇਂ 2 ਘੰਟੇ ਲੱਗ ਜਾਵੇ ਉਸ ਇੱਕ ਪਾਤਰ ਦੀ ਰਚਨਾ ਨੂੰ ਲਿਖਦਿਆਂ। ਇਸ ਤਰ੍ਹਾਂ ਵੀ ਆਪਣੇ ਆਪ ਹੀ ਜਿਹੜਾ ਉਹ ਸਾਡੇ ਦਿਮਾਗ 'ਚ ਆ ਜਾਂਦੇ ਆ, ਔਰ ਉਹਦੇ ਇਹ ਆ ਕਿ ਉਹਨੂੰ ਪੜ੍ਹ ਕੇ ਲਿਖ ਕੇ ਫਿਰ ਉਹਦੇ ਬਾਰੇ ਕਾਂਡ ਛਾਂਡ ਵੀ ਕਰਨੀ ਪੈਂਦੀ ਹੈ ਵੀ ਕਦੇ ਬੇਇਨਸਾਫੀ ਤਾਂ ਨਹੀਂ ਹੋਊਗੀ ਕਿਸੇ ਪਾਤਰ ਨਾਲ, ਜਾਂ ਕੋਈ ਚੀਜ਼ ਪਾਠਕ ਨੂੰ ਤਾਂ ਨਹੀਂ ਚੁੱਭਦੀ। ਬਹੁਤ ਵਧੀਆ। ਜਿਵੇਂ ਕਿ ਮੈਂ ਤੁਹਾਡੀ ਪਹਿਚਾਣ ਪੜ੍ਹ ਰਿਹਾ ਸੀਗਾ, ਉਹਦੇ 'ਚ ਤੁਸੀਂ ਕਈ ਕਵਿਤਾਵਾਂ ਵੀ ਲਿਖੀਆਂ, ਬੜੀਆਂ ਚੰਗੀਆਂ ਕਵਿਤਾਵਾਂ, ਮੈਨੂੰ ਕੁਝ ਪੜ੍ਹਨ ਦਾ ਮਾਣ ਪ੍ਰਾਪਤ ਹੋਇਆ। ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੋਈ ਆਪਣੀ ਰਚਨਾ ਸੁਣਾਉਣੀ ਚਾਹੋਗੇ ਜਿਹੜੀ ਪਹਿਲਾਂ ਬਣੀ ਹੈ, ਜਾਂ ਕਿ ਤੁਸੀਂ ਇੱਕ ਹੋਰ ਰਚਨਾ ਤੁਹਾਡੇ ਜਿਹੜੀ ਹਲੇ ਪਬਲਿਸ਼ ਨਹੀਂ ਕੀਤੀ ਰਹੀ ਉਹ ਤੁਸੀਂ ਸਾਂਝੀ ਕਰਨੀ ਚਾਹੋਗੇ? ਦਵਿੰਦਰ ਜੀ, 2-3 ਸਾਲ ਤੋਂ ਮੈਂ ਤਰਨ ਤਾਰਨ ਸਹਿਤ ਸਭਾ ਨਾਲ ਜੁੜਿਆ ਹੋਇਆ। ਉਹ ਸਹਿਤ ਸਭਾ ਦਾ ਪ੍ਰਧਾਨ ਸਰਦਾਰ ਗੁਰਬੀਰ ਸਿੰਘ ਤੀਰ ਨੇ, ਉਦੋਂ ਤੋਂ ਜਿਹੜਾ ਵਾ ਉਹ ਤਕਰੀਬਨ ਮਹੀਨੇ ਵਿੱਚ 2-4-5 ਕਵਿਤਾਵਾਂ ਕੁਦਰਤੀ ਲਿਖੀਆਂ ਜਾਂਦੀਆਂ ਵਾ, ਕਿਉਂਕਿ ਉਤਸ਼ਾਹ ਹੁੰਦਾ ਵੀ ਉੱਥੇ ਜਾ ਕੇ 40-50 ਬੰਦਿਆਂ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨੇ ਹੁੰਦੇ ਆ। ਇਸ ਵਾਸਤੇ ਮੈਂ ਆਪਣੀਆਂ ਕੁਝ ਕਵਿਤਾਵਾਂ ਥੋੜ੍ਹੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇਹ ਜਿੱਦਾਂ ਹੋਮਵਰਕ ਮਿਲਦਾ ਉਦਾਂ ਦਾ ਕੰਮ ਹੋ ਗਿਆ ਜੀ। ਹਾਂਜੀ, ਇਹ ਜਿਹੜੀ ਕਵਿਤਾ ਹੁਣ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਰੱਖਣ ਲੱਗਾ, ਕਵਿਤਾ ਦਾ ਸਿਰਲੇਖ ਹੈਗਾ ਬੰਦਿਆ। ਬੰਦਿਆ? ਹਾਂਜੀ। ਬੰਦਿਆ ਐਵੇਂ ਨਾ ਤੂੰ ਬੰਦਿਆਂ ਤੋਂ ਡਰਿਆ ਕਰ, ਬੰਦਿਆ ਐਵੇਂ ਨਾ ਤੂੰ ਬੰਦਿਆਂ ਤੋਂ ਡਰਿਆ ਕਰ, ਸੱਚੇ ਰੱਬ ਦੀ ਪੂਜਾ ਨਿਤ ਕਰਿਆ ਕਰ, ਭਾਈਚਾਰੇ ਨਾਲ ਬਣਾ ਕੇ ਰੱਖ, ਭਾਈਚਾਰੇ ਨਾਲ ਬਣਾ ਕੇ ਰੱਖ, ਹਰ ਇੱਕ ਦੇ ਨਾਲ ਨਾ ਲੜਿਆ ਕਰ, ਭਾਈਚਾਰੇ ਦੇ ਨਾਲ ਬਣਾ ਕੇ ਰੱਖ, ਹਰ ਇੱਕ ਦੇ ਨਾਲ ਨਾ ਲੜਿਆ ਕਰ। ਮਨੁੱਖੀ ਜੀਵਨ ਜਿਸਨੇ ਦਿੱਤਾ ਤੈਨੂੰ, ਮਨੁੱਖੀ ਜੀਵਨ ਜਿਸਨੇ ਦਿੱਤਾ ਤੈਨੂੰ, ਉਸਦੇ ਚਰਨਾਂ ਤੇ ਆਪਣੇ ਸੀਸ ਨੂੰ ਧਰਿਆ ਕਰ, ਬੁਰੇ ਕੰਮਾਂ ਤੋਂ ਤੋਬਾ ਕਰਕੇ ਮਿੱਤਰਾ, ਬੁਰੇ ਕੰਮਾਂ ਤੋਂ ਤੋਬਾ ਕਰਕੇ ਮਿੱਤਰਾ, ਹੱਕ ਹਲਾਲ ਦੀ ਕਮਾਈ ਕਰਿਆ ਕਰ, ਲੋਕ ਵਿਖਾਵਾ ਕਰਨਾ ਛੱਡ ਦੇ ਅੱਜ ਤੋਂ, ਲੋਕ ਵਿਖਾਵਾ ਕਰਨਾ ਛੱਡ ਦੇ ਅੱਜ ਤੋਂ, ਆਪਣੀ ਜੇਬ ਵੇਖ ਕੇ ਖਰਚਾ ਕਰਿਆ ਕਰ, ਹਰ ਵੇਲੇ ਢੇਰੀ ਢਾਹ ਨਾ ਬੈਠਾ ਰਹੋ। ਸੁਣੋ ਜੀ, ਹਰ ਵੇਲੇ ਢੇਰੀ ਢਾਹ ਨਾ ਬੈਠਾ ਰਹੇ, ਹਿੰਮਤ ਕਰਕੇ ਕੋਈ ਔਖਾ ਕੰਮ ਵੀ ਕਰਿਆ ਕਰ। ਬਹੁਤ ਵਧੀਆ। ਲਾਈ ਲੱਗ ਬਣਨਾ ਕੰਮ ਨਹੀਂ ਚੰਗਾ, ਲਾਈ ਲੱਗ ਬਣਨਾ ਕੰਮ ਨਹੀਂ ਚੰਗਾ, ਆਪਣੀ ਸੋਚ ਦੀ ਵਰਤੋਂ ਕਰਿਆ ਕਰ, ਹਰ ਵੇਲੇ ਵਿਹਲੇ ਬਹਿ ਕੇ ਸੁਪਨੇ ਮਹਿਲ ਉਸਾਰਨ ਨਾਲੋਂ, ਹਰ ਵੇਲੇ ਵਿਹਲੇ ਬਹਿ ਕੇ ਸੁਪਨ ਮਹਿਲ ਉਸਾਰਨ ਨਾਲੋਂ, ਜੇ ਸੁਖ ਚਾਹੁੰਦਾ ਤਾਂ ਹੱਥੀ ਕੰਮ ਵੀ ਕਰਿਆ ਕਰ। ਬਹੁਤ ਵਧੀਆ। ਜੇ ਬੰਦਿਆ ਤੂੰ ਅਨਾਜ ਦੀ ਫਸਲ ਉਗਾ ਨਹੀਂ ਸਕਦਾ। ਹਾਂਜੀ ਦਵਿੰਦਰ ਜੀ, ਜੇ ਬੰਦਿਆ ਤੂੰ ਅਨਾਜ ਦੀ ਫਸਲ ਉਗਾ ਨਹੀਂ ਸਕਦਾ, ਤਾਂ ਲੋਕਾਂ ਦੇ ਦਿਲਾਂ ਵਿੱਚ ਪ੍ਰੇਮ ਪਿਆਰ ਦਾ ਬੀਜ ਹੀ ਭਰਿਆ ਕਰ। ਬਹੁਤ ਵਧੀਆ।
ਪਾਸਾ ਵੱਟ ਕੇ ਪਖੰਡੀ ਤੇ ਲੋਟੂ ਲੋਕਾਂ ਤੋਂ ਪਾਸਾ ਵੱਟ ਕੇ ਪਖੰਡੀ ਤੇ ਲੋਟੂ ਲੋਕਾਂ ਤੋਂ ਭੁੱਖੇ ਤੇ ਨੰਗੇ ਲੋਕਾਂ ਦੀ ਨਿੱਤ ਸੇਵਾ ਕਰਿਆ ਕਰ ਵਾਹ ਹਰ ਵੇਲੇ ਮਰੂ ਮਰੂ ਕਰਨਾ ਛੱਡ ਦੇ ਹਰ ਵੇਲੇ ਮਰੂ ਮਰੂ ਕਰਨਾ ਛੱਡ ਕੇ ਗਰੀਬ ਲੋਕਾਂ ਵੱਲ ਵੇਖ ਕੇ ਧੀਰਜ ਕਰਿਆ ਕਰ ਜੀਵਨ ਵਿੱਚ ਜੇ ਕਿਤੇ ਪੱਤ ਚੜ ਆ ਹੀ ਜਾਵੇ ਜੀਵਨ ਵਿੱਚ ਜੇ ਕਿਤੇ ਪੱਤ ਚੜ ਆ ਹੀ ਜਾਵੇ ਤਾਂ ਬਸੰਤ ਰੁੱਤ ਲਿਆਉਣ ਦੀ ਕੋਸ਼ਿਸ਼ ਕਰਿਆ ਕਰ ਹੋਰ ਸਾਰੇ ਸਤਸੰਗ ਛੱਡ ਕੇ ਦੋਸਤਾ ਹੋਰ ਸਾਰੇ ਸਤਸੰਗ ਛੱਡ ਕੇ ਦੋਸਤਾ ਸਹਿਤਕਾਰਾਂ ਦੀ ਸੰਗਤ ਕਰਿਆ ਕਰ ਮੈਂ ਕਰ ਰਿਹਾ ਜੀ ਅਤਕੀ ਸੰਗਤ ਸੱਚੇ ਰੱਬ ਦੇ ਜੇ ਦਰਸ਼ਨ ਕਰਨੇ ਕਰੋ ਸੁਣਨ ਵਾਲੀ ਗੱਲ ਆ ਸੱਚੇ ਰੱਬ ਦੇ ਜੇ ਦਰਸ਼ਨ ਕਰਨੇ ਕਰੋ ਸਵੇਰੇ ਉੱਠ ਕੇ ਮਾਪਿਆਂ ਦੇ ਚਰਨੀ ਸੀਸ ਨੂੰ ਧਰਿਆ ਕਰ ਮਾਪਿਆਂ ਦੇ ਚਰਨੀ ਸੀਸ ਨੂੰ ਧਰਿਆ ਕਰ ਬਹੁਤ ਵਧੀਆ ਮੈਂ ਨਾ ਇਹਦੇ ਚੋਂ ਇੱਕ ਮਿੰਟ ਮੈਨੂੰ ਇਹ ਦਿਓ ਇਹਦੇ 'ਚ ਬਹੁਤ ਸੋਹਣਾ ਇਹਨਾਂ ਨੇ ਜਿਹੜਾ ਮੈਸੇਜ ਦਿੱਤਾ ਉਹਦੇ ਉਹ ਇਹ ਹੈ ਕਿ ਜਿਹੜਾ ਅਸੀਂ ਹਰ ਵੇਲੇ ਸੁਣਦੇ ਹਾਂ ਕਈ ਮੋਟੀਵੇਸ਼ਨਲ ਸਪੀਕਰ ਬੋਲਦੇ ਨੇ ਕਿ ਸਟੇ ਪੋਜ਼ਿਟਿਵ ਥਿੰਕ ਪੋਜ਼ਿਟਿਵ ਜੇ ਇੱਕ ਤੁਹਾਡਾ ਰਸਤਾ ਬੰਦ ਹੋ ਜਾਵੇ ਤਾਂ ਦੂਸਰੇ ਰਸਤੇ ਵੱਲ ਜਾਣਾ ਸ਼ੁਰੂ ਕਰ ਦਿਓ ਹੁਣ ਇਹ ਰੀਮੈਕਸ ਯੂਰਪ ਦੀ ਬਰਲਿਨ ਕਨਵੈਨਸ਼ਨ ਉਹਨੇ ਕਿਹਾ ਸੀਗਾ ਕਿ ਡੋਂਟ ਬੀ ਲਾਈਕ ਅ ਬੀ ਲਾਈਕ ਏ ਵਾਸਪ ਜਿਹੜਾ ਕਿ ਆਪਣਾ ਰਸਤਾ ਅੱਡ ਕੱਢ ਲੈਂਦਾ ਜਦਕਿ ਬੀ ਜਿਹੜੀ ਹੁੰਦੀ ਆ ਉਹ ਇੱਕੋ ਥਾਂ 'ਤੇ ਕੋਸ਼ਿਸ਼ ਕਰਦੀ ਕਰਦੀ ਆਪਣਾ ਦਮ ਤੋੜ ਦਿੰਦੀ ਹੈ ਇਹ ਮੈਂ ਤੁਹਾਡੇ ਦੋ ਸਤਰਾਂ ਦੁਆਰਾ ਪੜ੍ਹਨਾ ਚਾਹੂੰਗਾ ਹਰ ਵੇਲੇ ਢੇਰੀ ਢਾ ਨਾ ਬੈਠਾ ਰਹਿ ਹਰ ਵੇਲੇ ਢੇਰੀ ਢਾ ਨਾ ਬੈਠਾ ਰਹਿ ਹਿੰਮਤ ਕਰਕੇ ਕੋਈ ਔਖਾ ਕੰਮ ਵੀ ਕਰਿਆ ਕਰ ਮਤਲਬ ਇਹ ਤੁਹਾਨੂੰ ਮੈਸੇਜ ਦੇ ਰਿਹਾ ਨਵੀਂ ਪੀੜ੍ਹੀ ਨੂੰ ਕਿ ਲਾਈਫ ਇੰਨੀ ਸੌਖੀ ਨਹੀਂ ਗੀ ਜੇ ਕਦੇ ਮਨ ਉਦਾਸ ਹੋ ਜਾਏ ਢਹਿ ਢੇਰੀ ਹੋ ਜਾਓ ਤੁਹਾਡੀ ਮਾਨਸਿਕ ਦਸ਼ਾ ਜਿਹੜੀ ਹੈ ਬਹੁਤ ਨੀਵੀਂ ਚਲੀ ਜਾਵੇ ਤਾਂ ਤੁਸੀਂ ਘੱਟੋ ਘੱਟ ਹੋਰ ਔਖਾ ਕੰਮ ਕਰਨ ਦੀ ਮਤਲਬ ਚੈਲੰਜ ਲੈਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਅਤੇ ਇਹਦੇ 'ਚ ਦੂਸਰਾ ਵੱਡੀ ਗੱਲ ਜਿਹੜੀ ਦਿੱਤੀ ਹੈ ਇਹਨਾਂ ਨੇ ਪਾਸਾ ਵੱਟ ਲੈ ਪਖੰਡੀ ਅਤੇ ਲੋਟੂ ਲੋਕਾਂ ਤੋਂ ਭੁੱਖੇ ਅਤੇ ਰੋਗੀ ਲੋਕਾਂ ਦੀ ਨਿੱਤ ਸੇਵਾ ਕਰਿਆ ਕਰ ਜਿਹੜਾ ਕਿ ਉਸ ਕੰਸੈਪਟ ਨੂੰ ਜਾਗਰਤ ਕਰਦਾ ਇਨਫੋਰਸ ਕਰਦਾ ਗਿਵਿੰਗ ਕੰਸੈਪਟ ਨੂੰ ਕਿ ਤੁਸੀਂ ਜੇ ਦੇਣ ਜੋਗੇ ਹੋ ਲੋਕਾਂ ਨੂੰ ਤਾਂ ਜ਼ਰੂਰ ਦਿਓ ਜੇ ਕੁਛ ਨਹੀਂ ਦੇ ਸਕਦੇ ਖੁਸ਼ੀਆਂ ਦਿਓ ਜੇ ਪੈਸਾ ਨਹੀਂ ਦੇ ਸਕਦੇ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰੋ ਪਰ ਆਪਣਾ ਸੁਭਾਅ ਦੇਣਦਾਰ ਜ਼ਰੂਰ ਬਣਾਓ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਹਾਂਜੀ ਦਵਿੰਦਰ ਜੀ ਅਗਲੀ ਕਵਿਤਾ ਵਾ ਇਹ ਕਵਿਤਾ ਅੱਜ ਕੱਲ੍ਹ ਦੇ ਸਮਾਜ ਬਾਰੇ ਆ ਕਿ ਅੱਜ ਕੱਲ੍ਹ ਦਾ ਸਮਾਜ ਜਾਂ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਕੀ ਸੋਚਦੀ ਆ ਅਤੇ ਸਰਕਾਰਾਂ ਕੀ ਸੋਚਦੀਆਂ ਨੇ ਇਸ ਕਵਿਤਾ ਦਾ ਸਿਰਲੇਖ ਹੈ ਠੇਕਾ ਜਾਂ ਠਾਣਾ ਹੁਣ ਤੁਹਾਨੂੰ ਸਿਰਲੇਖ ਤੋਂ ਹੀ ਪਤਾ ਲੱਗ ਜਾਊਗਾ ਵੀ ਇਹ ਕਵਿਤਾ ਜਿਹੜੀ ਆ ਕਿੱਧਰ ਨੂੰ ਜਾਣੀ ਆ ਫਿਰ ਵੀ ਮੈਂ ਤੁਹਾਨੂੰ ਸੁਣਾਉਣ ਲੱਗਾ ਜ਼ਰਾ ਧਿਆਨ ਨਾਲ ਸੁਣਨਾ ਵਰਤ ਗਿਆ ਹੈ ਇਹ ਕੀ ਭਾਣਾ ਵਰਤ ਗਿਆ ਹੈ ਇਹ ਕੀ ਭਾਣਾ ਉਲਝ ਗਿਆ ਸਭ ਤਾਣਾ ਬਾਣਾ ਹਰ ਇੱਕ ਨੂੰ ਆਪੋ ਆਪਣੀ ਪਈ ਪੁੱਠੇ ਪਾਸੇ ਚੱਲ ਪਿਆ ਸਭ ਲਾਣਾ ਕਿਸੇ ਨੂੰ ਕੋਈ ਦੱਸਦਾ ਨਹੀਂ ਕਿੱਧਰੋਂ ਆਇਆ ਅਤੇ ਹੈ ਕਿੱਧਰ ਨੂੰ ਜਾਣਾ ਮਾਂ ਨੂੰ ਧੀ ਨਹੀਂ ਦੱਸਦੀ ਕਿੱਥੇ ਚੱਲੀ ਅਤੇ ਕਦੋਂ ਹੈ ਆਉਣਾ ਮਾਂ ਆਖੇ ਧੀਏ ਚੱਜ ਕਰ ਤੂੰ ਆਪੇ ਨਾ ਲੱਭਦੀ ਫਿਰ ਟਿਕਾਣਾ ਧੀ ਮਾਂ ਨੂੰ ਆਖੇ ਚੁੱਪ ਕਰ ਮਾਏ ਮੈਂ ਆਪੇ ਲੱਭੇ ਰਾਂਝੇ ਨਾਲ ਤੁਰ ਜਾਣਾ ਮੁੰਡੇ ਕਹਿੰਦੇ ਬੁੱਢਾ ਹਿੱਲ ਗਿਆ ਹੈ ਸੁਣਨ ਵਾਲੀ ਗੱਲ ਆ ਦਵਿੰਦਰ ਜੀ ਮੁੰਡੇ ਕਹਿੰਦੇ ਇਹ ਬੁੱਢਾ ਹਿੱਲ ਗਿਆ ਹੈ ਅਸੀਂ ਇਸ ਨੂੰ ਮੂੰਹ ਨਹੀਂ ਲਾਉਣਾ ਬੁੱਢਾ ਆਖੇ ਮੇਰਾ ਦੋਸ਼ ਕੀ ਹੈ ਮੈਨੂੰ ਕਿਉਂ ਨਹੀਂ ਮਿਲਦਾ ਦੋ ਡੰਗ ਦਾ ਖਾਣਾ
ਭਰੂਣ ਹੱਤਿਆ ਕੰਮ ਹੈ ਮਾੜਾ, ਜਿਹਦਾ ਰੌਲਾ ਪੈਂਦਾ ਅੱਜ ਕੱਲ੍ਹ ਜ਼ਿਆਦਾ, ਭਰੂਣ ਹੱਤਿਆ ਕੰਮ ਹੈ ਮਾੜਾ, ਤੁਸੀਂ ਵੀ ਜਾਣੋ ਅਤੇ ਮੈਂ ਵੀ ਜਾਣਾ, ਪਰ ਆਪੇ ਭੱਜ ਗਈਆਂ ਨੂੰ ਜੋ ਮੋੜ ਲਿਆਵੇ, ਪਰ ਆਪੇ ਭੱਜ ਗਈਆਂ ਨੂੰ ਜੋ ਮੋੜ ਲਿਆਵੇ, ਕਿੱਥੋਂ ਲੱਭੀਏ ਇਹੋ ਜਿਹਾ ਸਿਆਣਾ। ਲੀਡਰ ਕਹਿੰਦੇ ਵੋਟਾਂ ਪਾਓ ਸਾਨੂੰ ਬਾਕੀ ਠੀਕ ਹੈ, ਦਵਿੰਦਰ ਜੀ ਲੀਡਰ ਕਹਿੰਦੇ ਵੋਟਾਂ ਪਾਓ ਸਾਨੂੰ ਬਾਕੀ ਸਭ ਠੀਕ ਹੈ, ਮਾਰੋ ਬੁੱਢਾ ਭਾਵੇਂ ਮਾਰੋ ਨਿਆਣਾ, ਰਗੜੋ ਭੰਗਾਂ ਅਤੇ ਨਿੱਤ ਪੀਓ ਸ਼ਰਾਬਾਂ, ਰਗੜੋ ਭੰਗਾਂ ਅਤੇ ਨਿੱਤ ਪੀਓ ਸ਼ਰਾਬਾਂ, ਕੰਮ ਕਿਸੇ ਨੂੰ ਹੱਥ ਨਹੀਂ ਲਾਉਣਾ, ਆਪਣਾ ਰਾਜ ਹੈ, ਆਪਣਾ ਰਾਜ ਹੈ, ਮੌਜ ਮਨਾਓ, ਵਰਤਾ ਦਿਓ ਜਿਹੜਾ ਮਰਜ਼ੀ ਭਾਣਾ, ਕੈਰੋਂ ਦੀ ਤੁਸੀਂ ਗੱਲ ਨਹੀਂ ਸੁਣਨੀ, ਭਾਵੇਂ ਠੇਕਾ ਮਿਲੇ ਭਾਵੇਂ 18, ਕੈਰੋਂ ਦੀ ਤੁਸੀਂ ਗੱਲ ਨਹੀਂ ਸੁਣਨੀ ਭਾਵੇਂ ਠੇਕਾ ਮਿਲੇ ਭਾਵੇਂ 18। ਬਹੁਤ ਵਧੀਆ ਜੀ, ਬਹੁਤ ਵਧੀਆ। ਇਹਦੇ 'ਚ ਕਿ ਬੜਾ ਚੰਗਾ ਲੱਗਿਆ ਗੁਰਮੇਜ ਸਿੰਘ, ਮੈਂ ਥੋੜ੍ਹਾ ਇੱਥੇ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਇਹ ਜਿਹੜੀ ਇੰਟਰਵਿਊ ਆਪਣੀ ਹੈਗੀ ਆ, ਮੈਨੂੰ ਇਹਦੇ 'ਚ ਹਰ ਘੜੀ ਬੜਾ ਆਨੰਦ ਆਇਆ। ਅਤੇ ਇਸ ਤੋਂ ਪਹਿਲਾਂ ਕਿ ਉਹਨੂੰ ਖਤਮ ਕਰੀਏ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੀ ਕੋਈ ਆਉਣ ਵਾਲੀ ਰਚਨਾ ਵੀ ਹੈ ਨਾਵਲ ਦੇ ਵਿੱਚ, ਜਾਂ ਕੋਈ ਕਹਾਣੀ ਜਿਹੜੀ ਤੁਹਾਡੀ ਤੁਸੀਂ ਪਲੈਨ ਕਰ ਰਹੇ ਹੋ ਕਿ ਇਹ ਇੰਨੇ ਸਮੇਂ ਦੌਰਾਨ ਰਿਲੀਜ਼ ਹੋ ਜਾਏਗੀ? ਹਾਂ ਦਿੰਦੇ ਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਅਗਲੇ ਦੱਸਾਂ ਕਿ ਮੇਰੀ ਕੋਈ ਹੋਰ ਰਚਨਾ ਆਉਣ ਵਾਲੀ ਆ ਜਾਂ ਨਹੀਂ, ਮੈਂ ਇੱਕ ਕਵਿਤਾ ਹੋਰ ਤੁਹਾਡੇ ਨਾਲ ਸਾਂਝੀ ਕਰਨੀ। ਬਿਲਕੁਲ ਜ਼ਰੂਰ, ਬਿਲਕੁਲ। ਕਵਿਤਾ ਦਾ ਸਿਰਲੇਖ ਹੈ ਸਮੇਂ ਦੇ ਰੰਗ। ਹਾਂਜੀ, ਸਮੇਂ ਦੇ ਰੰਗ। ਹਾਂਜੀ, ਢਲ ਗਈ ਉਮਰ ਤੇ ਬਦਲ ਗਿਆ ਜ਼ਮਾਨਾ, ਢਲ ਗਈ ਉਮਰ ਤੇ ਬਦਲ ਗਿਆ ਜ਼ਮਾਨਾ, ਮੈਂ ਹੁਣ ਹੋ ਗਿਆ ਸਭਨਾ ਲਈ ਬੇਗਾਨਾ, ਢਲ ਗਈ ਉਮਰ ਤੇ ਬਦਲ ਗਿਆ ਜ਼ਮਾਨਾ, ਮੈਂ ਹੁਣ ਹੋ ਗਿਆ ਸਭਨਾ ਲਈ ਬੇਗਾਨਾ, ਕਦੇ ਸਮਾਂ ਸੀ ਜਦੋਂ ਮੇਰੀ ਹਰ ਪਾਸੇ ਜੈ ਜੈਕਾਰ ਸੀ, ਕਦੇ ਸਮਾਂ ਸੀ ਮੇਰੀ ਹਰ ਪਾਸੇ ਜੈ ਜੈਕਾਰ ਸੀ, ਅੱਜ ਮੈਂ ਹੋ ਗਿਆ ਹਾਂ ਹਰ ਇੱਕ ਲਈ ਬੇਗਾਨਾ, ਅੱਜ ਮੈਂ ਉਹ ਨਹੀਂ ਰਿਹਾ ਜੋ ਕੱਲ੍ਹ ਸੀ, ਠੀਕ ਹੈ, ਜਦ ਹਰ ਅੱਖ ਵੇਖਦੀ ਸੀ ਮੇਰੇ ਵੱਲ ਸੀ, ਵੈਰੀ ਨਾਈਸ, ਮੁੱਛਾਂ ਨੂੰ ਵੱਟ ਦੇ ਕੇ ਰੱਦ ਸੀ ਮੈਂ ਤੁਰਦਾ, ਠੀਕ ਹੈ, ਸੁਣਨ ਵਾਲੀ ਗੱਲ ਆ, ਮੁੱਛਾਂ ਨੂੰ ਵੱਟ ਦੇ ਕੇ ਰੱਦ ਸੀ ਮੈਂ ਤੁਰਦਾ, ਪੈਰ ਹੇਠ ਆਇਆ ਪੱਥਰ ਰੇਤ ਵਾਂਗ ਸੀ ਖੁਰਦਾ, ਮੁੱਛਾਂ ਨੂੰ ਵੱਟ ਦੇ ਕੇ ਜਦ ਸੀ ਮੈਂ ਤੁਰਦਾ, ਪੈਰ ਹੇਠ ਆਇਆ ਪੱਥਰ ਰੇਤ ਵਾਂਗ ਸੀ ਖੁਰਦਾ, ਅੱਜ ਲੋੜ ਨਹੀਂ ਕਿਸੇ ਨੂੰ ਮੇਰੀ ਮੈਂ ਨਿਢਾਲ ਹੋ ਗਿਆ, ਅੱਜ ਲੋੜ ਨਹੀਂ ਕਿਸੇ ਨੂੰ ਮੇਰੀ ਮੈਂ ਨਿਢਾਲ ਹੋ ਗਿਆ, ਦੌਲਤ ਸ਼ੋਹਰਤ ਹੁੰਦੇ ਵੀ ਮੈਂ ਅੱਜ ਬੇਹਾਲ ਹੋ ਗਿਆ, ਸਮੇਂ ਸਮੇਂ ਦੀ ਗੱਲ ਹੈ ਮਿੱਤਰੋ, ਸਮਾਂ ਬੜਾ ਬਲਵਾਨ, ਸੁਣਨ ਵਾਲੀ ਗੱਲ, ਸਮੇਂ ਸਮੇਂ ਦੀ ਗੱਲ ਹੈ ਮਿੱਤਰੋ, ਸਮਾਂ ਬੜਾ ਬਲਵਾਨ, ਸਮੇਂ ਮਿੱਟੀ ਵਿੱਚ ਰੋਲ ਤੇ ਰੁਸਤਮ ਵਰਗੇ ਪਹਿਲਵਾਨ, ਇੱਥੇ ਤੁਰ ਗਏ ਸਿਕੰਦਰ ਵਰਗੇ ਹੰਕਾਰੀ ਹੱਥ ਝਾੜ, ਬਿਲਕੁਲ ਸੱਚ, ਇੱਥੇ ਤੁਰ ਗਏ ਸਿਕੰਦਰ ਵਰਗੇ ਹੰਕਾਰੀ ਹੱਥ ਝਾੜ, ਜੋ ਅੜਿਆ ਸਮੇਂ ਦੇ ਅੱਗੇ ਕਦੇ ਨਾ ਲੰਘਿਆ ਪਾਰ, ਅੰਤ ਸਮੇਂ ਦੀ ਮਾਰ ਨੇ ਕਰ ਦੇਣਾ ਉਹਨਾਂ ਨੂੰ ਹੀ ਲਾਚਾਰ, ਬਿਲਕੁਲ ਸਹੀ, ਅੱਜ ਜਵਾਨੀ ਦੇ ਜ਼ੋਰ ਤੇ ਜੋ ਕਰਦੇ ਮਾਰੋ ਮਾਰ, ਵੈਰੀ ਰਾਈਟ, ਜਵਾਨੀ ਦੇ ਪਰਾਂ ਤੇ ਉੱਡਦੇ ਜੋ ਕਰਦੇ ਨੇ ਮਨਮਾਨੀਆਂ, ਜਵਾਨੀ ਦੇ ਪਰਾਂ ਤੇ ਉੱਡ ਕੇ ਜੋ ਕਰਦੇ ਨੇ ਮਨਮਾਨੀਆਂ, ਢਲਦੀ ਉਮਰੇ ਉਹਨਾਂ ਤੇ ਵੀ ਆਉਣੀਆਂ ਬਹੁਤ ਪਰੇਸ਼ਾਨੀਆਂ, ਜੋ ਬੰਦਾ ਇਸ ਧਰਤੀ ਤੇ ਆਇਆ ਅੰਤ ਉਸ ਬੁੱਢੇ ਹੋਣਾ ਜੇ, ਮਾੜੇ ਕੀਤੇ ਕੰਮਾਂ ਨੂੰ ਯਾਦ ਕਰ ਕਰਕੇ ਹਰ ਇੱਕ ਨੇ ਰੋਣਾ ਜੇ, ਜੀਵਨ ਵਿੱਚ ਜੇ ਚੰਗਾ ਕਰ ਸਕਦੇ ਹੋ ਤਾਂ ਕਰੋ, ਪਰ ਪੁਕਾਰ ਕਹਿਰੋਂ ਵੀ ਸੁਖੀ ਵਸੇ ਸਾਰਾ ਸੰਸਾਰ। ਵਾਹ ਜੀ ਵਾਹ,
ਬਹੁਤ ਵਧੀਆ ਸੁੰਦਰ ਜੀ ਤੁਹਾਡਾ ਤੁਸੀਂ ਬੜਾ ਕੀਮਤੀ ਸਮਾਂ ਕੱਢ ਕੇ ਤੁਹਾਡੇ ਕੋਲ ਸਮੇਂ ਸਮਾਂ ਜੀ ਮੈਂ ਤਾਂ ਸਮੇਂ ਵਧੀਆ ਗੱਲ ਹੈ ਕਿ ਤੁਸੀਂ ਮੇਰਾ ਨਾਲ ਸਫਲ ਹੋਇਆ ਮੇਰੀਆਂ ਰਚਨਾਵਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਤੁਹਾਡੀ ਮੈਂ ਪੁੱਛ ਰਿਹਾ ਸੀ ਤੁਹਾਡੀ ਕੋਈ ਫਿਊਚਰ ਚਾਹਣ ਵਾਲੀ ਕੋਈ ਰਚਨਾ ਨਾਵਲ ਤੁਸੀਂ ਲਿਖ ਰਹੇ ਹੋ ਕੀ ਵਿਸ਼ੇ ਤੇ ਦਵਿੰਦਰ ਜੀ ਮੈਂ ਇਸ ਵੇਲੇ ਦੋ ਕਵਿਤਾਵਾਂ ਸ਼ੁਰੂ ਕੀਤੀਆਂ ਹੋਈਆਂ ਜੋ ਤਕਰੀਬਨ ਅੱਧਿਓਂ ਜ਼ਿਆਦਾ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ 'ਚ ਇੱਕ ਕਹਾਣੀਆਂ ਦੀ ਕਿਤਾਬ ਆ ਬੁੱਢੇ ਥੇ ਦੀ ਹੂਕ ਬੁੱਢੇ ਥੇ ਦੀ ਹੂਕ ਹਾਂਜੀ ਉਹ ਕਿਤਾਬ ਕਹਾਣੀ ਜਿਹੜੀ ਆ ਉਹ ਬੜੀ ਦਰਦ ਭਰੀ ਕਹਾਣੀ ਆ ਅਤੇ ਉਹ ਇੱਦਾਂ ਕਿ ਕੋਈ ਸੰਨ 47 ਵੇਲੇ ਕੋਈ ਬੰਦਾ ਇੱਧਰ ਰਹਿ ਜਾਂਦਾ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਸੀ ਹਾਂਜੀ ਉਹ ਇੱਕ ਟੀਚਰ ਹੁੰਦੀ ਆ ਉਹ ਰਾਏ ਲੰਘਦੀ ਅਤੇ ਉਹ ਬੰਦਾ ਹਰ ਉਹ ਵੀ ਹੇਕ ਲਾ ਕੇ ਗਾਉਂ ਰਿਹਾ ਹੁੰਦਾ ਇੱਕੋ ਹੀ ਆਵਾਜ਼ ਦਿਲ ਸਮੁੰਦਰ ਡੂੰਘ ਦਿਲ ਦਰਿਆ ਸਮੁੰਦਰੋਂ ਡੂੰਘੇ ਕੋਈ ਨਾ ਜਾਣੇ ਉਹ ਕੁੜੀ ਸੁਣਦੀ ਰਹਿੰਦੀ ਆ ਰੋਜ਼ ਉਹਨੇ ਜਾਣਾ ਹੁੰਦਾ ਉਹਦੇ ਮਨ 'ਚ ਆਉਂਦਾ ਯਾਰ ਕਿ ਮੈਂ ਇਸ ਦਾ ਖੋਲਾਂ ਵੀ ਕੀ ਆ ਇਹ ਬੰਦਾ ਕਿਉਂ ਇਸ ਤਰ੍ਹਾਂ ਗਾਉਂਦਾ ਉਹ ਫਿਰ ਉਹ ਕੁੜੀ ਉਸ ਬਜ਼ੁਰਗ ਨੂੰ ਮਿਲਦੀ ਜਾ ਕੇ ਅਤੇ ਉਹ ਸਾਰੀ ਆਪਣੀ ਜੀਵਨ ਕਥਾ ਦੱਸਦਾ ਕਿ ਪਾਕਿਸਤਾਨ ਦੀ ਵੰਡ ਵੇਲੇ ਮੇਰੇ ਨਾਲ ਕੀ ਹੋਇਆ ਅਤੇ ਇਹ ਬੜੀ ਦਰਦਨਾਕ ਕਹਾਣੀ ਆ ਇਸੇ ਨਾਂ 'ਤੇ ਇਸ ਰੱਖਿਆ ਕਿ ਬੁੱਢੇ ਥੇ ਦੀ ਹੂਕ ਵੀ ਉਹਨੇ ਕੀ ਕੁਝ ਆਪਣੇ ਬਾਰੇ ਦੱਸਿਆ ਬਹੁਤ ਵਧੀਆ ਦੂਜਾ ਨਾਵਲ ਆ ਇੱਕੋ ਗਲਤੀ ਇਹ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਰ ਮਨੁੱਖ ਤੋਂ ਜੀਵਨ ਵਿੱਚ ਕੋਈ ਨਾ ਕੋਈ ਗਲਤੀ ਹੁੰਦੀ ਆ ਭਾਵੇਂ ਸਹਿ ਸੁਭਾਅ ਹੋ ਜਾਵੇ ਜਾਂ ਜਾਣ ਬੁੱਝ ਕੇ ਕਰੇ ਲੇਕਿਨ ਉਹ ਗਲਤੀ ਦਾ ਜ਼ਹਿਰ ਜਾਂ ਕੰਡਾ ਬੀਜਿਆ ਬੰਦੇ ਨੂੰ ਪਤਾ ਨਹੀਂ ਕਿੰਨੀਆਂ ਦਰਦਨਾਕ ਘਟਨਾਵਾਂ ਥਾਰੀ ਲੰਘਣਾ ਪੈਂਦਾ ਵਾ ਜਾਂ ਮੁਸ਼ਕਲਾਂ ਥਾਰੀ ਲੰਘਣਾ ਪੈਂਦਾ ਉਸ ਨਾਵਲ ਦੇ ਵਿੱਚ ਜਿਹੜੇ ਵੀ ਮੁੱਖ ਪਾਤਰ ਨੇ ਜਾਂ ਦੂਜੇ ਆ ਉਹਨਾਂ ਨਾਲ ਕੁਝ ਅਜਿਹਾ ਹੀ ਵਾਪਰਦਾ ਰਿਹਾ ਕਿ ਉਹਨਾਂ ਨੂੰ ਇੱਕ ਆਪਣੇ ਕੀਤੇ ਕੰਮ ਦਾ ਜਿਹੜਾ ਵਾ ਉਹ ਸਾਰੀ ਉਮਰ ਜਿਹੜਾ ਉਹ ਦਰਦ ਝੱਲਣਾ ਪਿਆ ਪਰ ਇਹ ਅਜੇ ਸਮਾਂ 2-3 ਮਹੀਨੇ ਲੱਗ ਜੂਗਾ ਇਹਨਾਂ ਦੋਵਾਂ ਕਿਤਾਬਾਂ ਨੂੰ ਪਬਲਿਸ਼ ਕਰਾਉਣ ਲਈ ਬਹੁਤ ਵਧੀਆ ਅਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਜੀ ਤੁਸੀਂ ਆਪਣੀਆਂ ਮਨ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਜਿਹੜੇ ਵੀ ਬੰਦੇ ਸੁਣਨ ਵਾਲੇ ਜਾਂ ਦੇਖਣ ਵਾਲੇ ਇਸ ਵੀਡੀਓ ਨੂੰ ਦੇਖ ਰਹੇ ਨੇ ਜੇ ਉਹਨਾਂ ਨੂੰ ਇਹਨਾਂ ਦੀ ਕੋਈ ਵੀ ਕਿਤਾਬ ਚਾਹੀਦੀ ਹੋਏ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਮਾਸਟਰ ਗੁਰਮੇਲ ਸਿੰਘ ਜੀ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਮੈਂ ਇਹਨਾਂ ਦਾ ਨੰਬਰ ਵੀਡੀਓ ਉੱਤੇ ਕਿਧਰੇ ਪਬਲਿਸ਼ ਕਰ ਦਿਆਂਗਾ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਹਾਨੂੰ ਕੋਈ ਬੁੱਕ ਚਾਹੀਦੀ ਹੋਵੇ ਪੜ੍ਹਨੀ ਚਾਹੁੰਦੇ ਹੋ ਤਾਂ ਬੜੀ ਖੁਸ਼ੀ ਦੀ ਗੱਲ ਆ ਇਹ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਣਗੇ ਮੇਰਾ ਨੰਬਰ ਤੁਹਾਡੇ ਕੋਲ ਆਲਰੇਡੀ ਹੈਗਾ ਹੀ ਹੈ ਵਿੱਚ 6473332273 ਤੇ ਇਹਨਾਂ ਦਾ ਨੰਬਰ ਤੁਹਾਨੂੰ ਯਾਦ ਆ ਹੀ ਆਪਣਾ ਨੰਬਰ ਅਕਸਰ ਹੀ ਭੁੱਲ ਜਾਂਦੇ ਆ ਕਿਤਾਬ ਦੇ ਪਿੱਛੇ ਹੀ ਲਿਖਿਆ ਇਹਨਾਂ ਦਾ ਨੰਬਰ ਤੇ 9469987524 9464987524 ਜੇ ਤੁਸੀਂ ਬਾਹਰੋਂ ਕਾਲ ਕਰ ਰਹੇ ਹੋ ਤਾਂ ਇੰਡੀਆ ਦਾ ਜਿਹੜਾ ਕੰਟਰੀ ਕੋਡ ਆ 91 ਹੈ ਸੋ ਬਾਹਰੋਂ ਕਾਲ ਕਰਨ ਵਾਸਤੇ 9194649878524 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੇ ਇਸ ਵੀਡੀਓ ਬਾਰੇ ਮਾਸਟਰ ਸਾਹਿਬ ਬਾਰੇ ਕੀ ਵਿਚਾਰ ਨੇ ਤੁਸੀਂ ਮੇਰੇ ਨਾਲ ਸਾਂਝੇ ਕਰੋ ਬੜਾ ਚੰਗਾ ਲੱਗੇਗਾ ਇਹਦੇ ਨਾਲ ਇਹਨਾਂ ਨੂੰ ਹੋਰ ਆਪਣੇ ਜਿਹੜੀ ਸਿਰਜਣਾਵਾਂ ਨੇ ਉਹਨਾਂ ਨੂੰ ਹੋਰ ਵਧੀਆ ਕਰਨ 'ਚ ਸਹਾਇਤਾ ਮਿਲੇਗੀ ਅਤੇ ਨਾਲ ਉਤਸ਼ਾਹ ਵੀ ਮਿਲੇਗਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ